ਲੈਣਾ ਕੋਈ ਨਾ ਮੇਰਾ ਪਰ ਵਾ ਠੀਕ ਹੈ ਚੱਲ ਸਹੀ ਹਾਂ ਚਲੋ ਕਰ ਲਗੇ ਸ਼ੁਰੂ ਹਾਂਜੀ ਸਾਰਿਆਂ ਨੂੰ ਪਿਆਰ ਚਲੋ ਜੀ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਮਿੱਤਰਾਂ ਦੇ ਪੋਡਕਾਸਟ ਵਿੱਚ ਅੱਜ ਸਾਡੇ ਨਾਲ ਨੇ ਆਰ ਵੀ ਭਾਜੀ ਜਿਹਨਾਂ ਦੀ ਮੈਨੂੰ ਸਾਲ ਡੇਢ ਤੋਂ ਵੇਟ ਸੀ ਫਾਈਨਲੀ ਆ ਗਏ ਨੇ ਸ਼ੁਕਰ ਹੈ ਸਾਡੋ ਵੀ ਟਾਈਮ ਦਿੱਤਾ ਗਰੀਬਾ ਨੂੰ ਨਹੀਂ ਤੇ ਇਹਦੇ ਬਸ ਲੈ 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 ਵਡੀਆਂ ਗੱਲਾਂ ਨੇ ਨਾ ਦੀ ਆ ਠੀਕ ਗੱਲ ਕਰਦੇ ਆ ਟਾਈਮ ਤੁਹਾਡੇ ਲਈ ਟਾਈਮ ਹੀ ਟਾਈਮ ਆ ਸਤਿ ਸ਼੍ਰੀ ਅਕਾਲ ਪੰਜਾਬੀਓ ਬਹੁਤ ਬਹੁਤ ਸਵਾਗਤ ਹੈ ਸਵਾਗਤ ਹੈ ਤੁਹਾਡਾ ਮਿੱਤਰਾਂ ਦੇ ਪੋਡਕਾਸਟ ਤੇ ਤੇ ਤੁਹਾਡੇ ਲਈ ਟਾਈਮ ਟਾਈਮ ਹੈ ਯਾਰ ਤੁਹਾਡੇ ਲਈ ਟਾਈਮ ਨਾ ਕੱਢਾਂਗੇ ਤਾਂ ਕਿੱਧਰ ਜਾਵਾਂਗੇ ਛੋਟੇ ਭਾ ਇਹ ਤੇ ਗੱਲ ਹੈ ਇਹ ਨਹੀਂ ਨਹੀਂ ਇਹ ਤੇ ਗੱਲ ਹੈ ਅੱਛਾ ਆਰਵੀ ਭਾਜੀ ਸੁਣਾਓ ਸਿਹਤਾਂ ਤੇ ਪੇਟਾ ਕੈਸੀਆਂ ਪਹਿਲਾਂ ਮੈਨੂੰ ਸਿਹਤਾਂ ਸੁਣਾ ਮੇਰੇ ਭਰਾ ਦੀਆਂ ਬਹੁਤ ਵਧੀਆ ਬਾਲਿਆ ਵੀਰੇ ਚੜਦੀ ਕਲਾ ਓਕੇ ਰਿਪੋਰਟ ਆ ਇਹ ਜਿਹੜੇ ਵਾਲ ਨਹੀਂ ਕੁੰਗਰਾ ਲੈ ਕਰਾਏ ਇਹ ਤੇਰੀ ਪਰਸਨੈਲਿਟੀ ਨੂੰ ਸੂਟ ਕਰਦੇ ਨੇ ਪੱਕੀ ਗੱਲ ਹੈ ਪੱਕੀ ਗੱਲ ਹੈ ਆ ਤੇਰੇ ਮੇਰਾ ਭਰਾ ਥੈਂਕ ਯੂ ਆ ਰੂ ਕੁਛ ਕੀਤੀ ਆ ਤੇ ਆ ਰਵੀ ਵੀਰ ਬੜੇ ਲੋਕਾਂ ਨੂੰ ਐਸੇ ਤੇ ਪੜਤਾ ਹੋਣਾ ਇਹ ਕੁਆਚੜਾ ਵੀ ਬਹੁਤ ਪੁਰਾਣਾ ਘਿਸਿਆ ਪਟਿਆ ਮੈਨੂੰ ਲੱਗਦਾ ਤੇਰੇ ਕੋ ਪਹਿਲਾਂ ਵੀ ਬੜੀ ਬੜੀ ਪੁੱਛੇ ਹੋੜਾ ਲੋਕਾਂ ਨੇ ਪਰ ਫਿਰ ਵੀ ਮੈਂ ਪੁੱਛਾਂਗਾ ਇਹ ਤੇਰੇ ਚੈਨਲ ਦਾ ਨਾਮ 0300 ਤੇਰੀ ਗੱਡੀਆਂ ਦੇ ਨੰਬਰ 0300 ਤੇਰੇ ਮੋਬਾਈਲ ਨੰਬਰ 0300 ਵਾਟ ਇਜ਼ 030 ਕੀ ਚੱਕਰ ਕੀ 030 ਇਹ ਲੱਕੀ ਨੰਬਰ ਹੈ ਵੀਰੇ ਇਹ ਲੱਕੀ ਨੰਬਰ ਇਹ ਸੇਗਾ ਨਹੀਂ ਇਹ ਮਤਲਬ ਲਾ ਲਓ ਪਹਿਲੋਂ ਆਪਾਂ ਨੰਬਰ ਲੈਣਾ ਹੀ 990 ਬੁਲੇਟ ਲਈ 73 7300 ਨਹੀਂ 7500 ਨੰਬਰ ਲੈਣਾ ਹੀ 7700 ਉਦੋਂ ਆਪਾਂ ਨੂੰ ਮਿਲਦਾ ਹੀ ਨੰਬਰ 0030 ਤੇ ਪਰ ਆਪਾਂ ਨੂੰ ਪਤਾ ਨਹੀਂ ਕਿ ਆਹ ਜੀਰੋ 300 ਪਸੰਦ ਆਇਆ ਹੀ ਤੇ ਜਦੋਂ 030 ਪਸੰਦ ਆਇਆ ਫਿਰ ਨੈਕਸਟ ਜਦੋਂ ਬਾਈਕ ਲਈ ਉਹਦਾ ਵੀ 0300 ਲਿਆ ਫੋਨਾਂ ਦਾ ਨੰਬਰ 0300 ਹੋ ਗਏ ਫਿਰ ਜਿਹੜੀ ਜਿਹੜੀ ਚੀਜ਼ ਲੈਂਦੇ ਰਹਿ 0300 ਹੋ ਗਈ ਤੇ ਫਿਰ ਕੁਦਰਤੀ ਇੱਕ ਇਦਾਂ ਦੀ ਕੰਟਰੋਵਰਸੀ ਹੋਈ ਤੇ ਉਹਦੇ ਨਾਲ 0300 ਵਾਲੇ ਬਾळा ਗਾਂਿਆਂ ਨੂੰ ਚਲ ਗਿਆ ਤਾਂ ਉਹ ਲੱਕੀ ਨੰਬਰ ਹੀ ਹੋਇਆ ਨਾ ਵੀਰੇ ਹਾਂ ਲੱਕੀ ਨੰਬਰ ਹੈ ਪੂਰਾ ਲੱਕੀ ਨੰਬਰ ਹੈ ਅੱਛਾ ਜਿਆਦਾ ਨਾ ਜਦੋਂ 0300 ਵਾਲੇ ਨੋਟਿਸ ਹੋਏ ਨੇ ਨਾ ਸੋਸ਼ਲ ਮੀਡੀਆ ਤੇ ਲੋਕਾਂ ਦੀ ਨਜ਼ਰ ਆ ਚਾਹੀ ਪੀ 0300 ਵਾਲੇ ਵੀ ਕੋ ਬੰਦੇ ਆਣੇ ਉਹ ਆਰ ਵੀ ਤੈਨੂੰ ਪਤਾ ਕਿਹੜੀ ਗੱਲ ਸੀ ਪੁੱਛ ਸਕਦੇ ਮੇਰੇ ਭਰਾ ਕੋਲ ਵੀਰੇ ਮੈਂ ਤੈਨੂੰ ਦੱਸਦਾ 2016 ਚ ਨਾ ਇੱਕ ਮੁੱਦਾ ਹੋਇਆ ਈ ਐਲੀ ਮਾਰਕੀਟ ਨਾ ਐਲੀ ਮਾਰਕੀਟ ਨਾਲ ਮੁੱਦਾ ਹੋਇਆ ਉਹ ਛਿੜਿਆ ਆਪਣਾ ਚਲੋ ਗੱਲਾਂ ਤਾਂ ਹੋਰ ਵੀ ਸੀਗੀਆਂ ਉਹ ਮੈਂ ਦੱਸ ਨਹੀਂ ਸਕਦਾ ਜੀ ਤੇ ਪਰ ਗੱਲ ਇਹ ਆ ਇੱਕ ਮੁੰਡਾ ਸੀਗਾ ਜੋ ਜੋ ਨਿਸ਼ਤਰ ਸਿੰਘ ਨਾ ਹੋਇਆ ਸੀ ਹਨਾ ਤੇ ਉਹਦੇ ਨਾਲ ਇਦਾਂ ਹੋਈ ਉਹ ਗਾਣਾ ਗਾਇਆ ਨਾ ਉਹਨੇ ਤੇ ਥਾਣੇ ਵਿੱਚ ਆਈ ਸੀ ਤੁਰਾ ਪਟਿੱਲ ਕਿਉਂ ਚਾਰ ਕਿੱਲੇ ਗਾੜੇ ਮੈਨੂੰ ਕਰਦੇ ਆ ਤੰਗ ਇਦਾਂ ਦੇ ਇਦਾਂ ਦੀ ਆਵਾਜ਼ ਕੱਢਦਾ ਈ ਜਿਹੜੀ ਮੇਰੀ ਅੱਜ ਕੱਲ ਮੀਮ ਬਣ ਰਿਹਾ ਮੇਰੀ ਵੀਡੀਓ ਦੇ ਮੀਮ ਵੀ ਬਣ ਰਹੇ ਆ ਕਿ ਚਾਰ ਕਿੱਲੇ ਗਾੜੇ ਮੈਨੂੰ ਕਰਦੇ ਆ ਤੰਗ ਬਈ ਹਨਾ ਇਦਾਂ ਉਹ ਭੋਰ ਰਿਆ ਠੀਕ ਆ ਉਹ ਫਨ ਕਰ ਰਿਹਾ ਸੀਗਾ ਸਿਰਫ ਉਹਦੇ ਚੱਕਰਾਂ 'ਚ ਐਲੀ ਮਾਰਕਰ ਦੇ ਚੱਕਰ ਪੈ ਗਿਆ ਨਹੀਂ ਉਹਨਾਂ ਕੋਈ ਆਪਣਾ ਵੈਰ ਵਿਰੋਧ ਨਹੀਂਗਾ ਨਾ ਹੁਣ ਹੈਗਾ ਆ ਤੇ ਐਡਾ ਕੋਈ ਚੱਕਰ ਵੀ ਨਹੀਂਗਾ ਬਾਅਦ 'ਚ ਪੂਰਾ ਭਰਾ ਪੂਣਾ ਪੈ ਗਿਆ ਹੀ ਠੀਕ ਹੈ ਨਾ ਜਦੋਂ ਉਹਨੇ ਇੰਡੀਆ ਆਉਣਾ ਹੀ ਉਦੋਂ ਆਪਣਾ ਪੂਰਾ ਗੱਲਬਾਤ ਨਿਬੜ ਗਈ ਤੇ ਐਡਾ ਕੋਈ ਚੱਕਰ ਨਹੀਂ ਪਰ ਉਦੋਂ ਚੱਕਰ ਇੰਨਾ ਘੜ ਗਿਆ ਕਿ ਚਲੋ ਸਾਨੂੰ ਬਹੁਤ سپورਟ ਕੀਤੀ ਸਾਡਾ ਨਾਮ ਹੋਇਆ ਚੀਰੋ 300 ਵਾਲਿਆਂ ਦਾ ਨਾਮ ਹੋਇਆ ਪਰ ਫੇਰ ਮੈਨੂੰ ਬੜੀ ਸ਼ਰਮ ਆਈ ਫਿਰ 2016 ਦੀ ਗੱਲ ਹੈ ਬਾਅਦ ਚ ਹੀ ਹੋ ਗਿਆ ਗੈਪ ਮੈਂ ਕਿਹਾ ਯਾਰ ਲੋਕੀ ਕਹਿਣਗੇ ਨਾਮ ਦਾ ਫਾਇਦਾ ਲੈ ਗਏ ਮੈਂ ਨਾ 2016 ਤੋਂ ਬਾਅਦ ਵੀਰੇ ਵੀਡੀਓ ਨਹੀਂ ਪਾਈ ਤੇ ਮੈਂ 2018 ਤੋਂ ਵੀਡੀਓ ਪਾਉਣੀ ਸ਼ੁਰੂ ਕੀਤੀ ਮੈਂ ਰੋਸਟ ਕਰਨਾ ਸ਼ੁਰੂ ਕਰਤਾ ਇੰਸਟਾਗ੍ਰam ਤੇ ਜਿਹੜੇ ਗੰਦ ਪਾਉਂਦੇ ਆ ਜਿਹੜੇ ਚਤੜ ਕਮਾ ਕੇ ਡਾਂਸ ਜਿਹੜਾ ਨਹੀਂ ਚੱਲਦਾ ਚਤੜ ਮੁਫ ਚਤੜ ਹਿਲਾਓ ਪੈਸਾ ਕਮਾਓ ਭੈਂ ਚ ਸਾਡੇ ਜਿਹਨਾਂ ਦੇ ਪੈਂਟ ਨਹੀਂ ਟੱਕਦੀ ਤੋ ਭੈਂ ਚ ਇੱਕ ਚਤੜ ਹਿਲਾ ਕੇ ਪਤਾ ਨਹੀਂ ਕਿੱਦਾਂ ਚੱਲ ਰਿਹਾ ਉਹ ਚੱਲ ਰਿਹਾ ਸੀਗਾ ਤੇ ਮੈਂ ਨਾ ਆਪਣੇ ਘਰੇ ਬੈਠਾ ਇੰਸਟਾਗ੍ਰam ਦੇਖਦਾ ਸੀਗਾ ਤੇ ਉਹਦੇ ਐ ਇਦਾਂ ਕੀਤਾ ਤੇ ਨਿਆਣੇ ਚਲੋ ਭਵਾ ਕੁੜੀ ਮੇਰੀ ਡੇਢ ਸਾਲ ਦੀ ਭਵਾ 2 ਸਾਲ ਦੀ ਦੇਖਦੀ ਸੀਗੀ ਤਾਂ ਮੈਨੂੰ ਬੜਾ ਫੀਲ ਹੋਇਆ ਤੇ ਮੈਂ ਨਾ ਗੱਡੀ 'ਚ ਗਿਆ ਗੱਡੀ 'ਚ ਬਹਿ ਕੇ ਮੈਨੂੰ ਨਹੀਂ ਪਤਾ ਇਹ ਉਹ ਰੋਸਟ ਹੁੰਦਾ ਜਾਂ ਕੀ ਹੁੰਦਾ ਮੈਂ ਜੋ ਮੇਰੇ ਮਨ 'ਚ ਬਿਆਨ ਆਇਆ ਮੈਂ ਜੋੜ ਕੇ ਬੋਲ ਤੇ ਉਹ ਵੀਡੀਓ ਵਾਇਰਲ ਬੜੀ ਗਈ ਫਿਰ ਬਾਅਦ ਚ ਉਹ ਕਹਿੰਦੇ ਬੜਾ ਵਧੀਆ ਰੋਸਟ ਕੀਤਾ ਮੈਂ ਕਿਹਾ ਚਾਹ ਰੋਸਟ ਹੁੰਦਾ ਆ ਤੇ ਫਿਰ ਮੈਂ ਚੰਗੇ ਰਗੜੇ ਹਰ ਵੀ ਤੂੰ ਵੀ ਰੋਸਟ ਕਰਦਾ ਹੈਨਾ ਅਸੀਂ ਵੀ ਰੋਸਟ ਕਰੀਦਾ ਤੇ ਤੈਨੂੰ ਕਦੀ ਪ੍ਰੋਬਲਮ ਆਈ ਰੋਸਟ ਕਰਨ ਤੇ ਕਿਸੇ ਨੇ ਕਿਹਾ ਵੇ ਯਾਰ ਤੂੰ ਸਾਡੇ ਤੇ ਰੋਸਟ ਕੀਤਾ ਕਿ ਇਹਨਾਂ ਨੂੰ ਮੇਰੇ ਪੰਜਾਬ ਚ ਪੰਜਾਬ ਚ ਰੋਸਟ ਦੀ ਬਹੁਤ ਪ੍ਰੋਬਲਮ ਆਉਂਦੀ ਆ ਚਲ ਮੈਂ ਨਾਂ ਨਹੀਂ ਲੈਣਾ ਜਦੋਂ ਕੋਈ ਕੁੜੀ ਗਲਤ ਪਾਉਂਦੀ ਨਾ ਤੇ ਉਹ ਕੁੜੀ ਗਲਤ ਜੇ ਪਾ ਦੇਵੇ ਜੇ ਆਪ औरतें ਬੋਲਦੀ ਤੇ ਇਹ ਬੜਾ ਛੇਤੀ ਪਰਚਾ ਕਰਾ ਕੇ ਆਉਂਦੀਆਂ ਆ ਹੂੰ ਬਹੁਤ ਛੇਤੀ ਪੰਜਾਬ ਵਿੱਚ ਤੰਗੀ ਬਹੁਤ ਆ ਰਹੀ ਆ ਤੰਗੀ ਬਿਲਕੁਲ ਤੇ ਮੈਂ ਹਾਂ ਹਾਂ ਇਸ ਕਰਕੇ ਮੈਂ ਥੋੜਾ ਜਿਹਾ ਘਟਾਇਆ ਹੋਇਆ ਚਲ ਮੈਂ ਕਹਾ ਅੱਗੇ ਮੈਂ ਕਹਾ ਚਲ ਮਾੜੇ ਮੋٹے ਪਰਚੇ ਚਲਦੇ ਹੀ ਵਧੀਆ ਚਲਦੇ ਹੀ ਹੁਣ ਮੈਂ ਕਹਾ ਇਹ ਤਾਂ ਗਲਤ ਚੱਲਣੇ ਕਹਣਾ ਕੁੜੀਆਂ ਨੂੰ ਬੋਲਦਾ ਕੁੜੀਆਂ ਨੂੰ ਗਾਲਾਂ ਕੱਢਦਾ ਜਾਂ ਕੁਝ ਗਾਲਾਂ ਤਾਂ ਚਲ ਮੈਂ ਨਹੀਂ ਕੱਢਦਾ ਪਰ ਫੇਰ ਵੀ ਕਈ ਵਾਰ ਆਪਣਾ ਸਮਝਾਉਣਾ ਫਰਜ਼ ਹੁੰਦਾ ਕਿ ਬੀਬਾ ਤੂੰ ਇੱਥੇ ਗਲਤ ਆ ਹਾਂ ਬਿਲਕੁਲ ਬਿਲਕੁਲ। ਅਈ ਰੱਬ ਨਹੀਂ ਕੇ ਅਸੀਂ ਇਹ ਨਹੀਂ ਕਹਿੰਨੇ ਕਿ ਗਾਂ ਜਾ ਕੇ ਸਾਡੇ ਨਿਆਣਿਆਂ ਨੇ ਕੀ ਕਰਨਾ ਸਾਡੇ ਜਾਂ ਕਿ ਇਹਨਾਂ ਨੇ ਜਵਾਕਾਂ ਨੇ ਕੀ ਕਰਨਾ ਅਸੀਂ ਗਾਰੰਟੀ ਕਿਸੇ ਦੀ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਪਰ ਅੱਜ ਜੇ ਅਸੀਂ ਅੱਜ ਸਮਝਾਉਣਾ ਸ਼ੁਰੂ ਕੀਤਾ ਨਾ ਅੱਜ ਵੀ ਸਮਝਾਉਣਾ ਚਾਹੁੰਦਾ ਮਤਲਬ ਸਮਝਾਉਣੇ ਚਾਹੁੰਦੇ ਆ ਤੇ ਫਿਰ ਗਾਂ ਜਾ ਕੇ ਸਾਡੇ ਨਿਆਣਿਆਂ ਬਾਲ ਬੱਚਿਆਂ ਨੂੰ ਵੀ ਡਰ ਰਹੂਗਾ ਕਿ ਹਾਂ ਵੀ ਆ ਕੇ ਅਸੀਂ ਨਹੀਂ ਕਰਨਾ। ਅੱਛਾ ਆਰ ਵੀ ਜਿਹੜੀ ਹੁਣ ਤੂੰ ਵੇਖ ਲੈ ਅਸੀਂ ਪਤਾ ਕਦੋਂ ਕੰਨਦੇ ਨੇ ਆ ਵੀ ਘਰ ਦੇ ਨਾਲ ਵਲੋਗ ਨਹੀਂ ਬਣਾਈਦੇ ਹੁਣ ਕੁੱਲੜ ਪੀਜ਼ੇ ਵਾਲਿਆਂ ਦਾ ਵੇਖ ਲੋ ਵੀਡੀਓ ਵਾਇਰਲ ਹੋਈ ਹੈ ਨਾ ਕੁੱਲੜ ਪੀਜ਼ੇ ਵਾਲਿਆਂ ਦੀ ਹਾਂ ਹੁਣ ਉਹ ਜੇ ਵਲੋਗ ਨਾ ਨਾ ਬਣਾਉਂਦੇ ਹੁੰਦੇ ਲੋਕਾਂ ਨੂੰ ਪਤਾ ਕਿੱਥੋਂ ਜ਼ਿਆਦਾ ਯਕੀਨ ਹੋਇਆ ਵੀ ਇਹ ਕੁੱਲੜ ਪੀਜ਼ੇ ਵਾਲਿਆਂ ਦੀ ਵੀਡੀਓ ਹੈ ਬੈੱਡ ਤੂੰ ਕੰਧਾਂ ਤੂੰ ਉਹਨਾਂ ਨੇ ਜਿਹੜੇ ਪਿੱਛੇ ਫੋਟੋ ਆ ਲਾਈਆਂ ਸਮਝ ਗਿਆ ਕਿਉਂਕਿ ਵਲੋਗ 'ਚ ਵੇਖਦੇ ਰਹਿੰਦੇ ਸੀ ਤੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤੇ ਇਹਨਾਂ ਦਾ ਬੈੱਡਰੂਮ ਹੈ ਉਹ ਕਿਹਾ ਉਹਨਾਂ ਨੇ ਘਰ ਦੇਖਿਆ ਵੀਰੇ A to Z ਘਰ ਦੇਖਿਆ ਲੋਕਾਂ ਨੇ ਹਾਂ ਹਾਂ ਤੇ ਜੇ ਗੱਲ ਸੁਣੋ ਇਹ ਗੱਲ ਤੋਂ ਤਾਂ ਆਪਾਂ ਇਨਕਾਰ ਦੇਖੋ ਵੀਡੀਓ ਤਾਂ ਹੈਗੀ 100% ਉਹਨਾਂ ਦੀ ਇਹ ਤੋਂ ਕੋਈ ਇਨਕਾਰ ਨਹੀਂ ਗਾ ਪਰ ਗੱਲ ਇਹ ਆ ਮੈਂ ਅੱਜ ਕੱਲ ਇਹ ਕਹਣਾ ਕਿ ਆਪਾਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਟਾਰਗੇਟ ਆਪਾਂ ਨਾ ਕਰੀਏ ਫਾਫੂ ਵਾਲੇ ਨੂੰ ਆਹੋ ਉਹ ਇਹ ਗੱਲ ਤੋਂ ਕੋਈ ਨਹੀਂ ਬਣਦਾ ਹ ਹਣਾ ਕਿ ਆਪਣੇ ਕਿਸੇ ਦਾ ਨਾਮ ਲਿਖਾ ਕੇ ਉਹ ਚੱਲ ਗਿਆ ਤੇ ਪੰਗੇ ਚ ਪਾਵਾਂਗੇ ਪਰ ਇਹ ਗੱਲ 100% ਗਲਤ ਆ ਕਿ ਆ ਕੰਮ ਕੀਤਾ ਕਿਉਂ ਜੇ ਕੀਤਾ ਫੋਨ ਚ ਰੱਖ ਕੇ ਤੂੰ ਬੈਠੀ ਕਿਉਂ ਆ ਇੰਨੇ ਚਿਰ ਦੇ ਹੈਨਾ ਛੱਡੋ ਯਾਰ ਹਣ ਕੀ ਕਹੀਏ ਇਹਨਾਂ ਬਾਰੇ ਨਹੀਂ ਤੇਰੇ ਆ ਚਲੋ ਉਹਨਾਂ ਬਾਰੇ ਨਹੀਂ ਆਪਾਂ ਗੱਲ ਸਿਆਣੇ ਹੋਣਾ ਚਾਹੀਦਾ ਹਾਂ ਸਿਆਣੇ ਹੋਣੀ ਚਾਹੀਦਾ ਅਚਾਰ ਵੀ ਉਹਨਾਂ ਬਾਰੇ ਨਹੀਂ ਮੈਂ ਗੱਲ ਕਰਨ ਡਿਆ ਮੈਂ ਵੈਸੇ ਉਦਾਂ ਗੱਲ ਕਰਨ ਡਿਆ ਨੋਰਮਲੀ ਤੇਰੇ ਹਿਸਾਬ ਨਾਲ ਵੀ ਜਦ ਤੂੰ ਬੰਦਾ গারਲਫ੍ਰੈਂਡ ਨਾਲ ਜਾਵੇ ਘਰ ਵਾਲੀ ਨਾਲ ਜਾਵੇ ਫਿਲਮ ਬਣਾਣੀ ਚਾਹੀਦੀ ਇਦਾਂ ਦੀ ਫੀਲਿੰਗ ਲੈਣ ਵਾਸਤੇ ਯਾਰ ਬਰੇ ਮੇਰੀ ਗੱਲ ਸੁਣ ਤੂੰ ਆਪ ਸੋਚ ਛੋਟੇ ਪਾ ਜੇ ਨਾ ਬੰਦਾ ਜਿਹੜਾ ਬੰਦਾ ਤੇਰੇ ਮੇਰੇ ਅਰਗਾ ਆ ਬੰਦਾ ਫੋਨ ਸਾਈਡ ਤੇ ਰੱਖ ਦਿੰਦਾ ਆ ਕਿ ਘਰ ਵਾਲਿਆਂ ਦੇ ਕੋਲ ਬੈਠੇ ਆ ਕਿ ਪਤਾ ਨਹੀਂ ਕੈਮਰੇ ਵਿੱਚ ਕੀ ਕੀ ਪਤਾ ਗੂਗਲ ਸਾਲਾ ਦੇਖਦਾ ਨਾ ਉਹ ਕੈਮਰੇ ਕੱਢ ਕੇ Apple ਨਾ ਦੇਖਦਾ ਹੋਵੇ ਸਾਲਾ ਇਹ ਨਾ ਚੀਜ਼ਾਂ ਤੋਂ ਹੀ ਡਰ ਲੱਗਦਾ ਤੇ ਯਾਰ ਇਦਾਂ ਦੇ ਕੰਮ ਕਰਨੇ ਹੀ ਨਹੀਂ ਚਾਹੀਦੇ ਯਾਰ ਵੀਰੇ ਵੀਡੀਓ ਅਸ਼ਲੀਲ ਵੀਡੀਓ ਬਣਾਉਣੀ ਕਾ ਤੇ ਆ ਅਦ ਹੋ ਗਈ ਬਣਾਉਣੀ ਹੀ ਨਹੀਂ ਚਾਹੀਦੀ ਮੈਂ ਤੂੰ ਆਰ ਵੀ ਕਹਿੰਦਾ ਨਹੀਂ ਪਿਆ ਕਿ ਕੈਮਰਾ ਕੋਈ ਨਹੀਂ ਪਤਾ ਗੂਗਲ ਕਦੋਂ ਸਾਡੀਆਂ ਗੱਲਾਂ ਬਾਤਾਂ ਸੁਣੇ ਹਨਾ Apple ਕਦੋਂ ਸਾਡੀਆਂ ਗੱਲਾਂ ਬਾਤਾਂ ਸੁਣੇ ਜਿਹੜਾ Facebook ਦਾ ਮਾਲਕ ਨਹੀਂ ਹੈਗਾ ਜਿਹਨੇ Facebook ਬਣਾਈਏ ਉਹ ਉਹ ਆਪਣੇ ਲੈਪਟਾਪ ਤੇ ਨਾ ਕੈਮਰੇ ਦੇ ਉੱਤੇ ਉਹਨੂੰ ਟੱਕ ਕੇ ਰੱਖਦਾ ਜਾਨੀ ਕਿ ਆਪਣੇ ਲੈਪਟਾਪ ਤੇ ਕੈਮਰੇ ਨੂੰ ਨਾ ਟੱਕ ਕੇ ਓਕੇ ਓਕੇ ਲਾਲ ਚੇਪੀ ਲਾ ਕੇ ਰੱਖਦਾ ਲਾਲ ਟੇਪ ਨਾ ਕਿ ਕਿਤੇ ਕੋਈ ਹੈਕਰ ਉਹਨੂੰ ਕੈਮਰਾ ਇਹ ਚੱਕਰ ਦੀ ਰੱਖਦਾ ਕਿ ਕੋਈ ਮੈਨੂੰ ਦੇਖਦਾ ਨਾ ਹੋਵੇ ਹਾਂ ਬਿਲਕੁਲ ਬਿਲਕੁਲ ਇਸ ਕਰਕੇ ਅਗਲੇ ਸਿਆਣੇ ਆ ਉਹਨਾਂ ਨੂੰ ਕਿਉਂਕਿ ਉਹਨਾਂ ਨੂੰ ਤਾਂ ਪਤਾ ਦੇਖੋ ਜਦੋਂ ਆਪਾਂ ਕੋਈ ਐਪ ਡਾਊਨਲੋਡ ਕਰਦੇ ਆ ਆਪਾਂ ਕੁਝ ਵੀ ਡਾਊਨਲੋਡ ਕਰਦੇ ਆ ਆਪਾਂ ਸਾਰਾ ਐਸਐਸ ਤਾਂ ਦੇ ਦਈਦਾ ਕਿ ਹਾਂ ਵੀ ਕੁਝ ਵੀ ਕਰ ਸਕਦੇ ਸਾਡੇ ਫੋਨ ਨਾਲ ਲਟਰਮ ਪਟਰਮ ਤਾਂ ਫੇਰ ਉਹ ਤਾਂ ਕਰੂਗਾ ਹੀ ਨਾ ਆ ਚੱਕਰ ਹੈ ਵੀਰੇ ਇਹ ਆਰ ਵੀ ਮੈਂ ਤੈਨੂੰ ਬੜੀਆਂ ਵੀਡੀਓ ਚ ਨੋਟ ਕੀਤਾ ਵੇ ਗਾਣਿਆਂ ਚ ਵੀ ਤੈਨੂੰ ਨੋਟ ਕੀਤਾ ਹੈ ਮੇਰੇ ਵੀਰ ਨੂੰ ਸੋਨਾ ਸੋਨਾ ਪਾਣ ਦਾ ਬੜਾ ਸ਼ੌਂਕ ਹੈ ਨਾ 골ਡ ਕਹਦਾ ਵੀਰੇ 골ਡ ਦਾ 골ਡ ਦਾ ਚੈਨਾ ਸ਼ਾਂਪਾ ਮੁੰਦਰੀਆਂ ਵੀਰੇ ਹਾਂ ਵੀਰੇ ਮਾੜਾ ਮਾੜਾ ਮੋਟਾ ਹੈਗਾ ਵੀਰੇ ਇਹ ਸ਼ੁਰੂ ਤੋਂ ਹਨਾ ਸਾਡੀ ਦਾਦੀ ਨੇ ਲਾਲੋ ਦਾਦੀ ਨੂੰ ਮੜਕ ਜਿਹਾ ਸ਼ੌਂਕ ਪੋਤਿਆਂ ਦੇ ਪਾ ਕੇ ਰੱਖਣਾ ਹੈਗੀ ਅਮਰਤਾਰੀ ਸੀਗੀ ਦਾਦੀ ਸਾਡੀ ਜੀ ਜੀ ਤੇ ਉਹ ਉਦਾਂ ਉਹਨੇ ਛੋਟੇ ਹੁੰਦੇ ਨੇ ਤਵੀਤੜੀਆਂ ਬਣਾ ਕੇ ਦਿੱਤੀਆਂ ਯਾਰ ਕੁਝ ਵੀ ਫਿਰ ਉਸ ਤੋਂ ਬਾਅਦ ਚ ਸੁਰ ਸੋਨਾ ਪਾਉਣ ਦਾ ਸ਼ੌਂਕ ਤਾਂ ਵੀਰੇ ਹੈਗਾ ਆ ਪਰ ਹੁਣ ਜਿਆਦਾ ਪਾਇਆ ਵੀ ਚੰਗਾ ਨਹੀਂ ਲੱਗਦਾ ਇਸ ਲਈ ਲਾ ਲਾ ਕੇ ਰੱਖਤਾ ਕਿਉਂਕਿ ਅੱਜ ਕੱਲ ਦਾ ਮਾਹੌਲ ਉਹ ਚੱਲਦਾ ਕਿ ਸਾਲੇ ਰੀਣਕ ਚੀਜ਼ ਲਈ ਕੜਾ ਦੇਖਿਆ ਗੁੱਟ ਵੱਢ ਕੇ ਲੈ ਜਾਂਦੇ ਆ ਗੋਤੀ ਚੱਲਦੇ ਬਣੀ ਹੈ ਨਾ ਹਾਂ ਅਗਲੇ ਬਗਾਨੇ ਵੱਤ ਲੈ ਜਾਂਦੇ ਉਹਨਾਂ ਨੂੰ ਚਾਹੀਦਾ ਕੜਾ ਚਾਹੀਦਾ ਹੱਥ 'ਚ ਪਾਇਆ ਗੁੱਟ ਭੇਣ ਮਰਾਵੇ ਸੱਟ ਦਾ ਕੀ ਰਾਜ ਆ ਹੁੰਦਾ ਤੇ ਕੁੱਤੇ ਨੂੰ ਪਾ ਦੇਗੇ ਗੋਟਾ ਆ ਚੱਕਰ ਉਹ ਉਹਦਾ ਗੁੱਟ ਭੈ ਜੋ ਕੇ ਮੋਰੇ ਜੱਡ ਤੋਂ ਆ ਬਾਅਦ ਚ ਜਾਂ ਤਾਂ ਦਿਖਾਈ ਦੇਣਗੇ ਫੇਸਬੁੱਕ ਤੇ ਲਟਕਾ ਕੇ ਆ ਚੱਕੋ ਵੱਡੇ ਆਰਵੀ ਸ਼ੇਰਗੱਲ ਦਾ ਗੁੱਟ ਨਾਲ ਆਂਦੇ ਆਈ ਅੱਛਾ ਆਰਵੀ ਹਾਂ ਇੱਕ ਤੇਰੇ ਵੀ ਵਲੋਗਾ ਚ ਹੋਰ ਚੀਜ਼ ਬੜੀ ਨੋਟ ਕੀਤੀ ਏ ਜਦੋਂ ਵੀ ਤੂੰ ਪਿੰਡੂ ਬਾਹਰ ਨਿਕਲਦਾ ਤੇ ਪਿੰਡ ਤੋਂ ਢੀਤੇ ਫਿਰਨੀ ਤੇ ਵੇ ਗੁਰਦੁਵਰਾ ਹਾਂਜੀ 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 ਗੁਰਦੁਵਰੇ ਤੇ ਹਮੇਸ਼ਾ ਮੱਥਾ ਟੇਕ ਕੇ ਜਾਣਾ ਤੇਰਾ ਬਲਕਿ ਰੱਬ ਨਾਲ ਹੈ ਕਨੈਕਸ਼ਨ ਰੱਬ ਨਾਲ ਗੱਲਾਂ ਬਾਤਾਂ ਕਰ ਲੈਣਾ ਵੀਰੇ ਮੇਰੀ ਗੱਲ ਸੁਣੋ ਆਪਾਂ ਇਹ ਹੀ ਇਹ ਹੀ ਆ ਕਿ ਵੀਰੇ ਬਹੁਤ ਜ਼ਿਆਦਾ ਆ ਠੀਕ ਆ ਲੋਕਾਂ ਨੂੰ ਪਤਾ ਨਹੀਂ ਕੀ ਲੱਗਦਾ ਹੋਊਗਾ ਕਿ ਐਈ ਪਤਾ ਨਹੀਂ ਕੀ ਆ ਹਨਾ ਬਟ ਸਰਬ ਕੈਮਰੇ ਤੇ ਨਹੀਂਗਾ ਕੈਮਰੇ ਤਾਂ ਮਾੜਕ ਦਿਖਾਈ ਸਕਦੇ ਆ ਉਹ ਵੀ ਗਾ ਕੇ ਕਹਿ ਦਿੱਤਾ ਘਰੋਂ ਨਿਕਲਿਆ ਤਾਂ ਗੁਰੂ ਘਰੇ ਪਹਿਲਾ ਜ ਸਟਾਪ ਆ ਨਾ ਇਹ ਕਹਿਣਾ ਹੁੰਦਾ ਮੈਂ ਮੁਰ ਪਰ ਰਾ ਗੁਰੂ ਘਰ ਬਿਨਾ ਦਾ ਆਪਾਂ ਕਾਹੇ ਜੋਗੇ ਨਹੀਂ ਵੀਰੇ ਉੱਥੇ ਉਹ ਨਹੀਂ ਸਾਰਾ ਕੁਝ ਦਿੱਤਾ ਆ ਉਹ ਦੇਣ ਦਿੰਦਾ ਵੀ ਆ ਤਾਂ ਥੱਪੜ ਮਾਰ ਕੇ ਖੋ ਵੀ ਝਟ ਲੈਣਾ ਚੱਲ ਤੇਰੀ ਭੈਣ ਨੂੰ ਤੂੰ ਐ ਨਹੀਂ ਨਿਜੁਗ ਹਾਂ ਹੈਨਾ ਆ ਚੱਕ ਰਿਆ ਬਿਲਕੁਲ ਬਿਲਕੁਲ ਪਰ ਫਿਰ ਵੀ ਕਈ ਬੰਦੇ ਹੁੰਦੇ ਨਾ ਕਈ ਬੰਦੇ ਰੱਬ ਨੂੰ ਨਹੀਂ ਮੰਨਦੇ ਤੇ ਕਈ ਬੰਦੇ ਬਹੁਤ ਜ਼ਿਆਦਾ ਰੱਬ ਨੂੰ ਮੰਨਦੇ ਨੇ ਮੈਂ ਕਹਿੰਦਾ ਆਰਵੀਤ ਜਦੋਂ ਵੀ ਤੂੰ ਕੋਈ ਕੰਮ ਸ਼ੁਰੂ ਕਰਦਾ ਰੱਬ ਦਾ ਨਾਮ ਲੈਣਾ ਜਾਂ ਕਈ ਵਾਰੀ ਮੇਰੀ ਜਦਰਾ ਬਣਾ ਲੈਣਾ ਮੇਰੀ ਏ ਮੇਰੀ ਰੱਬ ਨਾਲ ਮੈਂ ਡਾਇਰੈਕਟ ਗੱਲਾਂ ਕਰਦਾ ਮਿਲ ਮੇਰਾ ਦੋਸਤ ਤੇ ਉਹ ਰੱਬ ਸਮਝਿਆ ਗੱਲ ਲੜਦ ਪੀਦਾ ਝਗੜਦ ਪੀਦਾ ਜਿਹੜੀ ਮਰਜ਼ੀ ਚੀਜ਼ ਮੰਗਣੀ ਉਹਦੇ ਕੋਲ ਮੰਗ ਲਈ ਬਿਲਕੁਲ 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 ਇਦਾਂ ਹੀ ਆ ਬਿਲਕੁਲ ਹੀ ਆ ਵੀਰੇ ਸ਼ਾਮ ਨੂੰ ਕਿਤੇ ਕੋਈ ਗਲਤੀ ਹੋ ਗਈ ਜਾਂ ਕੁਝ ਮਤਲਬ ਗਲਤੀ ਆਪਣੀ ਹੋਣੀ ਆ ਸ਼ਾਮ ਨੂੰ ਆ ਕੇ ਨਾ ਕਸੂਰ ਬਾਬਿਆਂ ਦੀਆਂ ਫੋਟੋਆਂ ਮੋਰੇ ਆ ਕੇ ਕੱਢਣ ਲੱਪੈਣ ਕਿ ਬਾਬਾ ਜੀ ਅੱਜ ਆ ਬਹੁਤ ਗਲਤ ਹੋਇਆ ਤੂੰ ਹੀ ਸਾਂਭ ਸਕਦੇ ਈ ਹੈਂ ਲੜ ਪਈਦਾ ਆ ਬਿਲਕੁਲ ਬਿਲਕੁਲ ਦੋਸਤੀ ਮੰਨਿਆ ਆ ਠੀਕ ਠੀਕ ਆ ਆ ਚੱਕਰ ਆ ਸਹੀ ਆ ਰਵੀ ਵੀਰੇ ਅੱਛਾ ਮੇਰੇ ਨਾਲ ਆਰਵੀ ਨਾਲ ਪੋਡਕਾਸਟ ਕਰਨ ਦਾ ਮਕਸਦ ਪਤਾ ਕੀ ਸੀ ਕਿਉਂਕਿ ਆਰਵੀ ਵੀ ਹਾਰਵੀ ਤੇ ਸਾਡਾ ਸੀਨੀਅਰ ਹੈ ਆਰਵੀ ਨੇ ਸਭ ਮੇਰੇ ਵਾਂਗੂ ਵਲ ਮੇਰੀ ਨਹੀਂ ਇੰਟਰਵਿਊ ਹੈ ਅੱਜ ਆ ਹਾਰਵੀ ਦੀ ਏ ਅਸੀਂ ਇਸ ਕਰਕੇ ਆਰਵੀ ਕੋਲ ਪੁੱਛਾਂਗੇ ਆਰਵੀ ਤੂੰ ਜਿਹੜੇ ਮੁੰਡੇ ਸਾਡੇ ਵੇਖ ਰਹੇ ਨੇ ਹਨਾ ਹੁਣ ਜਿਹੜੇ ਬਾਈਆਂ 20 22 ਸਾਲਾਂ ਦੇ ਬੜਾ ਨਸ਼ਾ ਕਰਦੇ ਪਏ ਨੇ ਚ ਟਾ ਪੀਂਦੇ ਨੇ ਸਮੈਗ ਪੀਂਦੇ ਨੇ ਆਰ ਵੀ ਵੀ ਕਰਦਾ ਰਿਹਾ ਹੈ ਆਰ ਵੀ ਤੂੰ ਪਹਿਲਾਂ ਤੇ ਇਹ ਦੱਸ ਵੀ ਤੂੰ ਪਹਿਲੀ ਵਾਰੀ ਸ਼ੁਰੂ ਕਿੱਦਾ ਕੀਤਾ ਸੀ ਤੇ ਤੈਨੂੰ ਕਿੰਨੇ ਲਵਾਇਆ ਸੀ ਪਹਿਲੀ ਵਾਰੀ ਬਰੇ ਇਦਾਂ ਆਹੋਲੀ ਓਲੀ ਦੇਖੋ ਆਪਾਂ ਇਹ ਨਹੀਂ ਕਹਿੰਨੇ ਕਿ ਆਪਾਂ ਦੁੱਧ ਧੋਤੇ ਆ ਠੀਕ ਆ ਤੂੰ ਪਹਿਲੀਆਂ ਮੇਰੀਆਂ ਵੀਡੀਓ ਦੇਖੀਆਂ ਹੀ ਹੋਣੀਆਂ ਆ 2016 ਦੀ ਉਹਨਾਂ ਚ ਹਾਲਾਤ ਵੀ ਦੇਖੇ ਹੋਣੇ ਅੱਖਾਂ ਤਾਂ ਨੂੰ ਆ ਹਾਂ ਹਾਂ ਡੇਲੇ ਘੁੰਮੇ ਹੋਏ ਸੀਗੇ ਹੈਨਾ ਉਹ ਉਹ ਰੱਜੇ ਹੋਈ ਸੀਗੇ ਪਰ ਗੱਲ ਇਹ ਆ ਕਿ ਯਾਰ ਦੋਸਤ ਹੀ ਆ ਜਿਹੜਾ ਪਹਿਲੀ ਵਾਰ ਸੁਆਦ ਚਕਾਉਂਦਾ ਹੈ ਕਿ ਆ ਜਾ ਕਿ ਪਹਿਲੋਂ-ਪਹਿਲੋਂ ਛੋਟਾ-ਮੋਟਾ ਕੁਝ ਖਿਲਾ ਦੇਣਾ ਫੀਮ ਵਗੈਰਾ ਫਿਰ ਥੋੜਾ ਜਿਹਾ ਉਹ ਜਦੋਂ ਅਸਰ ਕਰਨੋਂ ਹਟਦੀ ਆ ਥੋੜਾ ਜਿਹਾ ਉੱਪਰਲੇ ਲੈਵਲ ਦਾ ਹੈਨਾ ਉੱਪਰਲੇ ਲੈਵਲ ਦਾ ਮਤਲਬ ਕਿਦਾਂ ਦਾ ਸਮਝਦੇ ਆ ਨਾਲ ਲੱਲਾ ਕੋਈ ਮਸਲਾ ਨਹੀਂ ਆ ਜੋ ਵੀ ਹਾਂ ਉਹ ਵੀ ਹੂੰ ਹੂੰ ਆ ਉਹ ਰਹਿਣਾ ਤਾਂ ਫਿਰ ਉਸ ਤੋਂ ਬਾਅਦ ਤਾਂ ਫਿਰ ਐਂਡ ਆ ਨਾ ਕੰਮ ਉਸ ਤੋਂ ਬਾਅਦ ਇੱਕ ਬੰਦਾ ਸੀਗਾ ਜਮਸ਼ੇਰ ਦੇ ਮੁੰਡੇ ਆ ਸਾਡੇ ਲਾਗੇ ਪੈਣ ਡਿਆ ਅੱਛਾ ਤੇ ਉਹ ਉਹ ਮੈਂ ਕਿਹਾ ਤੋ ਮੈਨੂੰ ਮੈਨੂੰ ਕਹਿੰਦਾ ਭਾਜੀ ਤੁਹਾਡਾ ਦੋਸਤ ਹੈ ਮੁੰਡੇ ਦਾ ਨਾਮ ਲੈ ਕੇ ਪੁੱਛਿਆ ਮੈਂ ਕਿਹਾ ਹਾਂ ਦੋਸਤ ਆ ਤੇ ਕਹਿੰਦਾ ਯਾਰ ਉਹ ਕਿਸੇ ਨੂੰ ਕਹਿੰਦਾ ਸੀਗਾ ਹੱਲੇ ਆਰਬੀ ਉਹਨਾਂ ਨੂੰ ਫ੍ਰੀ ਭਲਾਈਦਾ ਆ ਜੇ ਬੂਟੇ ਲਾਵਾਂਗੇ ਤਾਂ ਹੀ ਉਹ ਤਾਂ ਸ਼ਾਂ ਕਰਨਗੇ ਆ ਮਤਲਬ ਬੂਟੇ ਲਾਉਂਦੇ ਆ ਸ਼ਾ ਲੈਣ ਦੇ ਮਾਰੇ ਸ਼ਾ ਲੈਣ ਤੇ ਮਾਰੇ ਮੈਂ ਸ਼ਾ ਕੀਤੀ ਵੀ ਉਹਨਾਂ ਨੂੰ ਬਹੁਤ ਕਰੋੜਾਂ ਦੀ ਸ਼ਾ ਕੀਤੀ ਆ ਅੱਛਾ ਤੇ ਕਿੰਨੇ ਕਰੋੜ ਜਿਆੜ ਲੈ ਮਤਲਬ ਬਹਾਨੇ ਘਰਦਿਆਂ ਤੋਂ ਲਾ ਕੇ ਬਾਪੂ ਦਾ ਏਟੀਐਮ ਫੜ ਲੈਣਾ ਜਾਂ ਲਾ ਲਓ ਦੇਖੋ ਜਿਹੜਾ ਬੰਦਾ ਨਸ਼ਾ ਪੱਤਾ ਕਰਦਾ ਨਾ ਦੇਖੋ ਕਈ ਵਾਰ ਤਾਂ ਆਪਣੇ ਕੋਲ 100 ਰੁਪਈਆ ਨਹੀਂ ਹੁੰਦਾ ਜੇਬ 'ਚ ਜਾਂ ਬੰਦੇ ਨੂੰ 1000 ਰੁਪਈਆ ਦੀ ਲੋੜ ਹੁੰਦਾ ਹੀ ਨਹੀਂ ਜੇ ਨਸ਼ੇ ਪੱਤੇ ਵਾਲੇ ਬੰਦੇ ਨੇ ਨਾ ਦਾਹੇਰ ਕਰਨਾ ਪੈਦਾ ਉਹ ਪਤਾ ਨਹੀਂ ਪ੍ਰਮਾਤਮਾ ਕਿੱਦਾਂ ਹੈਲਪ ਕਰਦਾ ਉਹ ਹੋ ਜਾਂਦਾ ਆ ਉਹ ਕੇ ਨਾ ਕੇ ਤਰ੍ਹਾਂ ਜਿਗੜ ਲਾ ਹੀ ਲੈਂਦਾ ਆ ਤੇ ਇਹੀ ਕਰਨਾ ਪਾਪਾ ਦਾ ਏਟੀਐਮ ਲੈਣਾ ਤੇ ਇੱਕ ਬੰਦੇ ਨੇ ਏਟੀਐਮ ਤੇ ਪਹੁੰਚ ਜਾਣਾ ਤੇ ਮੈਂ ਪਾਪਾ ਦਾ ਫੋਨ ਫੜ ਲੈਣਾ ਮੈਸੇਜ ਮੂਸੇ ਆਉਣਾ ਹੁੰਦਾ ਜੇ ਤੇ ਓਟੀਪੀ ਆਹੋ ਤੇ ਕੰਮ ਗੈਪ ਟਾ ਹਾਂ ਇੰਦਾ ਕਰ ਕਰਕੇ ਚੰਗੇ ਚੱਕ ਤੇ ਤੇ ਜਦੋਂ ਉਹਨਾਂ ਤੱਕ ਪਤਾ ਲੱਗਾ ਉਦੋਂ ਤੱਕ ਤੱਕਾਂ ਚੰਗਾ ਕੁੰਡਾ ਲਾਤਾ ਏ ਫੇ ਪਰ ਕਰੇ ਫੇਰ ਵੀ ਨਹੀਂ ਪਤਾ ਲੱਗਾ ਘਰੇ ਉਦਾਂ ਹੀ ਕਿਹਾ ਕਿ ਹਾਂ ਵੀ ਘੁੰਮੀ ਫਿਰੀ ਦਾ ਆ ਤਾਂ ਕਰਕੇ ਹਨਾ ਹੂੰ ਹੂੰ ਇਹ ਖਰਚੇ ਪੱਤੇ ਆਉਂਦੇ ਤੁਸੀਂ ਦਿਨੇ ਨਹੀਂਗੇ ਕਹਿੰਦੇ ਇੰਨੇ ਦਿਨੇ ਆ ਮੈਂ ਕਿਹਾ ਨਹੀਂ ਨਹੀਂ ਉਦਾਂ ਇਹਨਾਂ ਚੱਕਰਾਂ 'ਚ ਖਰਚੇ ਹੁੰਦੇ ਆ ਪਰ ਗੱਲ ਇਹ ਆ ਕਿ ਵੀਰੇ ਆਪਣੇ ਯਾਰ ਦੋਸਤ ਹੈ ਨਾ ਉਹ ਹੀ ਬਿਗਾੜਦੇ ਆਪਾਂ ਨੂੰ ਮੇਨ ਗੱਲ ਆ ਹਾਂ ਯਾਰ ਦੋਸਤ ਉਹ ਉਹ ਹੀ ਦੱਸ ਦਿਆ ਕਿ ਬਰੇ ਇਹ ਬੰਦਾ ਹੈਗਾ ਜ਼ਾਮੀ ਹੂੰ ਠੀਕ ਆ ਇਹਨੂੰ ਲਾਓ ਇਹਨੂੰ ਤੱਕੇ ਨਾ ਲਾਓ ਕਿ ਇਹ ਜੇ ਲੱਗਿਆ ਨਾ ਮੈਂ ਕਿਹਾ ਤੁਹਾਡੇ ਬਾਰੇ ਨਿਆਰੇ ਆ ਪੱਲਿਓ ਥੋੜਾ ਜਿਹਾ ਲਾ ਦੋ 10 20000 50000 ਲੱਗਦਾ ਲਾ ਦੋ ਬਾਅਦ ਚ ਇਹ ਤੁਹਾਨੂੰ ਕਮੀ ਨਹੀਂ ਹੋਣ ਦਿੰਦਾ ਬਾਅਦ ਚ ਨਹੀਂ ਕਰਦਾ ਇੰਨੇ ਮਹੀਨਾ ਹੋਈ ਕਿਸ ਨੇ ਦਾ 50000 ਲਾਇਆ ਮੇਰੇ ਤੇ 50000 ਇਨਵੈਸਟ ਕੀਤਾ ਈ ਉਹਨੇ ਮੇਤੇ ਤੇ ਉਹ ਮਤਲਬ ਕਰੋੜਾਂ ਦੀ ਖੱਟੀ ਖਾ ਗਿਆ ਕਿੰਨੇ ਕਰੋੜ ਦਾ ਨਸ਼ਾ ਪੀ ਕਿੰਨੇ ਕਰੋੜ ਦਾ ਨਸ਼ਾ ਪੀ ਲਿਆ ਯਾਰ ਕਿੰਨੇ ਕਰੋੜ ਦਾ ਨਸ਼ਾ ਪੀ ਲਿਆ ਅਜੇ ਤੱਕ ਤੂੰ ਤਿੰਨ ਸਵਾ 3 ਕਰੋੜ ਦਾ ਵੀਰੇ ਤੇ ਸਵਾ 3 ਕਰੋੜ ਦਾ ਨਸ਼ਾ ਕਰ ਲਿਆ ਪੌਣੇ 3 ਕ ਪੌਣੇ 3 ਦਾ ਐਸਟੀਮੇਟ ਘਰਦਿਆਂ ਤੋਂ ਹੈਗਾ ਸਵਾ 3 ਦਾ ਮੈਂ ਕਹਿੰਨਾ ਆ ਬੜਾ ਬੰਦਾ ਪੈਸਾ ਹੀ ਲਿਆ ਹੀ ਵੀਰੇ ਉਹ ਦੋ ਦੋ ਬੜਾ ਜਾੜਾ ਵੀਰੇ ਕੀਤਾ ਸੀਗਾ ਆਪਾਂ ਝੂਟ ਕਾ ਨੂੰ ਆਣਾ ਮੈਂ ਹੁਣ ਰੱਬ ਬਣ ਕੇ ਬਹਿ ਜਾਵਾਂ ਨਾ 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 ਅਰਬੀ ਅਰگە ਦਾ ਕੋਈ ਸ਼ਰੀਫ ਬੰਦਾ ਹੀ ਹੈ ਨਹੀਂ ਤੂੰ ਜਿਆਦਾ ਪੰਨੀ ਤੇ ਲਾਂਦਾ ਸੀ ਪੰਨੀ ਤੇ ਹੁਣ ਰੇ ਪੰਨੀ ਤੇ ਲਾਂਦਾ ਸੀ ਯਾ ਯਾ ਬਰੋ ਯਾ ਬਰੋ ਅਚਾ ਤੇ ਦਿਹਾੜੀ ਦੋ ਕਿੰਨੇ ਕੇ ਗ੍ਰਾਮੇ ਇੱਦੋਂ ਉੱਪਰ ਨਹੀਂ ਇੱਦੋਂ ਉੱਪਰ ਨਹੀਂ ਆਉਣੀ ਟਿਕਟ ਹੋਗੇ ਨਹੀਂ 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 ਇੱਦੋਂ ਇੱਦੋਂ ਉੱਪਰ ਨਹੀਂ ਇੱਦੋਂ ਉੱਪਰ ਨਹੀਂ ਕੋਸ਼ ਇਦਾਂ ਦਾ ਨੀਗਾ ਤੇ ਪਰ ਇਦਾਂ ਆ ਕਿ ਅਜਾੜਾ ਵਾਵਾ ਕਰ ਲਿਆ ਤੇ ਕੀ ਦੱਸਾਂ ਤੈਨੂੰ ਮੈਂ ਹੋਰ ਕੇ ਚੀਜ਼ ਦਾ ਦੁੱਖ ਨਹੀਂ ਲੱਗਦਾ ਇਹ ਨਾ ਜਦੋਂ ਲਾ ਲੋ ਆਪਾਂ ਇਹ ਲੈਣ ਜਾਂਦੇ ਬੇਇੱਜ਼ਤੀ ਇੰਨੀ ਹੁੰਦੀ ਨਾ ਵੀਰੇ ਚਲੋ ਇੰਨਾ ਚਿਹਰ ਮਤਲਬ ਜਲੀਲ ਕਰਦੇ ਖੜਾ ਰੱਖਦੇ ਆ ਮੈਂ ਉਹ ਤਾਂ ਦੱਸਦਾ ਕਿ ਜਿਹੜੇ ਜਿਹੜੇ ਬਾਈ ਜਾਂਦੇ ਉਹਨਾਂ ਨੂੰ ਪਤਾ ਹੀ ਆ ਕਿ ਸਾਲਾ ਕਿੰਨੀ ਆਕੜ ਕਰਦੇ ਤਾਂ ਇੰਨਾ ਫਿਰ ਬਾਅਦ ਚ ਮੈਂ ਬੜਾ ਇਰੀਟੇਟ ਜਾ ਹੋ ਗਿਆ ਨਾ ਕਿ ਮੈਂ ਕਿਹਾ ਬਾਬੇ ਆ ਤਾਂ ਬਹੁਤ ਬੇਇੱਜ਼ਤੀ ਵਾਲੀ ਗੱਲ ਆ ਸਾਲੀਆਂ ਇੱਡੇ ਇੱਡੇ ਟਰੱਕਾਂ 'ਚ ਜਾਈਦਾ ਇਦਾਂ ਦਾ ਬੰਦਾ ਆਉਂਦਾ ਸਾਡਾ ਜਲੂਸ ਕੱਢ ਕੇ ਹੋ ਜਾਂਦਾ ਫਿਰ ਬਾਅਦ 'ਚ ਬਿਰੇ ਪਤਾ ਨਹੀਂ ਪਰਮਾਤਮਾ ਵੱਲੋਂ ਮਨ ਤੇ ਮਿਹਰ ਪਈ ਪਤਾ ਨਹੀਂ ਕਿੱਦਾਂ ਹੋਇਆ ਸਾਰਾ ਕੁਝ ਸੈੱਟ ਕਰਤਾ ਪਰਮਾਤਮਾ ਨੇ ਵਿਆਹ ਕਰਾ ਲਿਆ ਵਿਆਹ ਕਰਾ ਕੇ ਵਿਆਹ ਕਰਾਉਣ ਤੋਂ ਪਹਿਲਾਂ ਮੈਂ ਸਹੀ ਹੋ ਗਿਆ ਸੀ ਕਿ ਵਿਆਹ ਕਰਾਉਣ ਤੋਂ ਪਹਿਲਾਂ ਅੱਛਾ ਤੇ ਇਹ ਨਹੀਂ ਜੇ ਮੈਂ ਕਰਦਾ ਹੁੰਦਾ ਫੇ ਮੈਂ ਕਿ ਇਹ ਮੈਂ ਇਦਾਂ ਵਿਆਹ ਨਹੀਂ ਕਰਾਉਣਾ ਹਲੇ ਕਿਉਂਕਿ ਕਿਸੇ ਦੇ ਮਲਕੂੜੀ ਆਪਾਂ ਕਾਹਦੇ ਵਿਚਾਰੀ ਦੀ ਜ਼ਿੰਦਗੀ ਖਰਾਬ ਕਰਨੀ ਨਹੀਂ ਉਹ ਇਦਾਂ ਨਹੀਂ ਜਦੋਂ ਐਨ ਸਹੀ ਹੋ ਗਿਆ ਫਿਰ ਵਿਆਹ ਕਰਾਇਆ ਤੇ ਵਧੀਆ ਵੇ ਬਾਈ ਗਰੂ ਨੇ ਗੁੜੀਆ ਦਿੱਤੀ ਤੇ ਜਦੋਂ ਗੁੜੀਆ ਆਈ ਸਾਡੀ ਜ਼ਿੰਦਗੀ ਚ ਤੇ ਤੁਹਾਨੂੰ ਪਤਾ ਫਿਰ ਉਹ ਤਾਂ ਜ਼ਿੰਦਗੀ ਬਦਲ ਗਈ ਵੇ ਮੇਰੀ ਨਹੀਂ ਬੱਚੀ ਤੇਰੀ ਬੜੀ ਪਿਆਰੀ ਹੈ ਹਾਂ ਕਿਹਾ ਜੂਨੀ ਹਾਂ ਹਾਂਜੀ ਬਾਕੀ ਆਪਾਂ ਨਸ਼ੇ ਵਾਲਾ ਟੌਪਿਕ ਸਗਾ ਹਾਂ ਮੈਂ ਤੈਨੂੰ ਪੁੱਛਦਾ ਪਿਆ ਸੀ ਹਾਂ ਮੈਂ ਤੈਨੂੰ ਆਰ ਵੀ ਪੁੱਛਦਾ ਪਿਆ ਸੀ ਕਿ ਜਦੋਂ ਤੂੰ ਨਸ਼ਾ ਕੀਤਾ ਹਨਾ ਕਿੰਨੇ ਸਾਲ ਕੀਤਾ 2 3 ਸਾਲ ਕੀਤਾ 4 ਸਾਲ ਕਿੰਨੇ ਸਾਲ ਕੀਤਾ ਅੰਦਰੇ 11 ਤੋਂ ਲੈ ਕੇ 6 ਸਾਲ ਕੀਤਾ ਹਨਾ 6 ਸਾਲ ਕੀਤਾ ਹੈਨਾ 6 ਸਾਲ ਚ 3 ਕਰੋੜ ਰੁਪਇਆ ਖਾ ਛੱਡਿਆ ਸਵਾ ਤੇ 3.5 ਕਰੋੜ ਰੁਪਇਆ ਲਾ ਲਾ ਤੇ ਜਦੋਂ ਇਹ ਤੇਰੇ ਮਨ ਮੇਰ ਪਈ ਕਿ ਅੱਜ ਤੋਂ ਬਾਅਦ ਮੈਂ ਨਸ਼ਾ ਨਹੀਂ ਕਰਨਾ ਇਹ ਹੌਲੀ ਹੌਲੀ ਮੇਰ ਪਈ ਯਾ ਇੱਕ ਦਿਨ ਤੈਨੂੰ ਲੱਗਦਾ ਯਾਰ ਮੈਂ ਕੱਲ ਨਹੀਂ ਪੀਣਾ ਹੁਣ ਅੱਜ ਤੋਂ ਬਾਦ ਖਤਮ ਫੇਰ ਪੀਲਾਂਦਾ ਹਾਂ ਅਗਲੇ ਦਿਨ ਪਰ ਇੱਕ ਵਾਰ ਨਾ ਇੱਕ ਮੇਰ ਇਦਾਂ ਨਹੀਂ ਪੀ ਵੀਰੇ ਪਹਿਲੋਂ ਮਤਲਬ ਸਹੀ ਰਸਾਂ ਦਾ ਪਿੱਛੋਂ ਸਮਾਨ ਹੀ ਮੜਾ ਆ ਗਿਆ ਪਿੱਛੋਂ ਪਿੱਛੋਂ ਮਿਲਣਾ ਹੀ ਅਟ ਗਿਆ ਹੀ ਪਹਿਲੋਂ ਦਾ ਅੱਛਾ ਪਿੱਛੇ ਜਾ ਹਾਂ ਹਾਂ ਆਈ ਬੜੇ ਏਰੀਏ ਗਾਏ ਤਾਂ ਮੰਨ ਤੋਂ ਲੈ ਕੇ ਪੱਟੀ ਕੀ ਮੈਂ ਗਿਆ ਫਰੋਜਪੁਰ ਕੀ ਸਾਰੇ ਬਾਰਡਰਾਂ ਦੇ ਏਰੀਏ ਗਾ ਤੇ ਪਰ ਨਹੀਂ ਤੇ ਉਹ ਲੁੱਟੀ ਜਾਂਦੇ ਹੀ ਪੈਸੇ ਲਈ ਜਾਂਦੇ ਹੀ ਪਰ ਗੱਲਬਾਤ ਬਣਦੀ ਨਹੀਂ ਚਲੋ ਉਤੋਂ ਆ ਗਿਆ ਕਿ ਉਦੋਂ ਮੈਂ ਤਾਂ ਤਰਲੇ ਬਹੁਤ ਕਰਨੇ ਪਏ ਲੋਕਾਂ ਦੇ ਜੇਬ 'ਚ ਪੈਸਾ ਵੀ ਸੀਗਾ ਸਾਰਾ ਕੁਝ ਸੀਗਾ ਪਰ ਉਹ ਮਿਲਦਾ ਨਹੀਂ ਤਾਂ ਕਰਕੇ ਬੜਾ ਹੋਇਆ ਮੰਨ ਨੂੰ ਫਿਰ ਬਾਅਦ 'ਚ ਯਾਰ ਉਹ ਕਰਕੇ ਨਾ ਮੜਕ ਲਾ ਕੇ ਉਹ ਸਮਾਨ ਜਿਹਾ ਜੋ ਵੀ ਸੀ ਤੇ ਉਹ ਕਰਕੇ ਉਹ ਸਾਡਾ ਬੰਦਾ ਬਿਮਾਰ ਹੋ ਗਿਆ ਥੋੜਾ ਜਿਹਾ ਤੇ ਉਹ ਜਿੰਦਾ ਕਹਿ ਲੋ ਦੋਰਾ ਟਾਈਪ ਜਿਹਾ ਆ ਗਿਆ ਅੱਛਾ ਤੇ ਉਹਨੂੰ ਐਡਮਿਟ ਕਰਾਇਆ ਤੇ ਫਿਰ ਮੈਂ ਉਹਦੇ ਕੰਨ 'ਚ ਕਿਹਾ ਆਪਣੇ ਨਾਂ ਨਹੀਂ ਲੈਣਾ ਤੇ ਉਹਨੂੰ ਮੈਂ ਕੰਨ 'ਚ ਕਿਹਾ ਮੈਂ ਕਿਹਾ ਹੁਣ ਤੂੰ ਵਾਸ਼ ਹੋ ਕੇ ਆਈਂ ਅੰਦਰ ਉਹ ਮੈਂ ਕਿਹਾ ਬਹਾਨਾ ਤੈਨੂੰ ਮਿਲ ਗਿਆ ਹਾਂ ਤੂੰ ਹੁਣ ਵਾਸ਼-ਭੁਸ਼ ਹੋ ਉਹ ਹਸਪਤਾਲ ਵਾਲੇ ਡਾਕਟਰ ਨੂੰ ਵੀ ਮੈਂ ਸਮਝਾ ਦਿੱਤਾ ਉਹ ਸਾਲਾ ਹਫਤੇ 15 ਦਿਨਾਂ ਡਾਕਟਰਾਂ ਨੇ ਇੰਨਾ ਸੈੱਟ ਕਰਤਾ ਛੱਡਣ ਦਾ ਤਾਂ ਮਨ ਬਹੁਤ ਚਿਰਦਾ ਸੀ ਪਰ ਸਮਝ ਨਹੀਂ ਆਉਦੀ ਕਿੱਦਾਂ ਛੱਡਣਾ ਆ ਤੇ ਨਾ ਕੋਈ ਸਮਝਾਉਣ ਵਾਲਾ ਸੀ ਕਿਉਂਕਿ ਘਰੇ ਤਾਂ ਪਤਾ ਹੀ ਨਹੀਂ ਲੱਗਣ ਦਿੱਤਾ ਸੀ ਤੇ ਪਰ ਜਦੋਂ ਕੈਮਜਾ ਦੇਖਿਆ ਕਿ ਆਪਣਾ ਬੰਦਾ ਕੈਮ ਹੋ ਗਿਆ ਫਿਰ ਮੈਨੂੰ ਵੀ ਹੋ ਗਿਆ ਨਹੀਂ ਨਹੀਂ ਮੈਂ ਤਾਂ ਕੈਮ ਹੋਣਾ ਨਾ ਕਿ ਮੈਂ ਰੋਜ਼ ਦੇੰਨੇ ਪੈਸੇ ਖਰਚੀ ਜਾਣਾ ਉਹ ਐਨ ਭਾਂਤ ਨੂੰ ਨਜ਼ਾਰੀ ਲੈਂਦਾ ਫਿਰਦਾ ਸਾਡਾ ਬੰਦਾ ਫੇ ਆਲੀ-ਆਲੀ ਇਦਾਂ ਮਨ ਮੇਰੇ ਪਈ ਗਿਆ ਇੱਕ ਪਹਿਲਾ ਸੁਧਰਿਆ ਹੂੰ ਹੂੰ ਤੇ ਬਾਅਦ ਦੂਜਾ ਦੂਜਾ ਸੁਧਰਿਆ ਲਵੀ ਆ ਕੀ ਲੈਂਦਾਈ ਆ ਵੀਡੀਓ ਤੇ ਕਿਵੇਂ ਰਹੀ ਸਹੀ ਬਣ ਰਹੀ ਹੈ ਸਹੀ ਹੈ ਸਹੀ ਹੈ ਅੱਛਾ ਆਰਮੀ ਮੈਂ ਕਿਹਾ ਬੰਦ ਹੋ ਗਈ ਉਹ ਦੇਖਣੀ ਹੈ ਹਾਂਜੀ ਚੱਲ ਰਹੀ ਨਾ ਵੀਡੀਓ ਚੀੜਿਓ ਹਾਂਜੀ ਹਾਂਜੀ ਵੀਰੇ ਚੱਲ ਦੋ ਮਿੰਟ ਦੋ ਮਿੰਟ ਹੋਰ ਚੱਲ ਕੋਈ ਮਸਲੇ ਕੋਈ ਮਸਲੇ ਇਧਰ ਚੱਲੂਗਾ ਨਾ ਹਾਂ ਕੋਈ ਚੱਕਰ ਨਹੀਂ ਉਹ ਵੀਰੇ ਹੁਣੇ ਵੀਰੇ ਆ ਪੀ ਲੋ ਇੱਕ ਇੱਕ ਇਹ ਵਧੀਆ ਆ ਆਈਟਮ ਰਾਮਾ ਮੈਂ ਕਹਾ ਹਾਂਜੀ 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 ਹੋਰ ਵੀ ਗੱਲ ਕਰੀਏ ਆਪਾਂ ਮਨਿੰਦਰਪਾਲ ਅੱਛਾ ਮੈਂ ਨਹੀਂ ਮੈਂ ਇਹ ਪੁੱਛਣਾ ਚਾਹ ਰਿਹਾ ਸੀ ਆਰਵੀ ਤੇਰੇ ਕੋਲੂ ਕਿ ਜਦੋਂ ਤੂੰ ਨਸ਼ਾ ਛੱਡਦਾ ਪਿਆ ਸੀ ਤੈਨੂੰ ਖੋਈ ਪੈਂਦੀ ਸੀ ਤੇਰਾ ਦਿਲ ਕਰਦਾ ਸੀ ਮੈਂ ਨਸ਼ੇ ਵਾਲ ਭੱਜਾ ਪਹਿਲੀ ਗੱਲ ਤੇ ਦੱਸ ਤੂੰ ਛੱਡਿਆ ਕਾਦੇ ਨਾਲ ਕੋਈ ਦਵਾਈ ਤੇਰੇ ਮੈਂ ਨਾ ਤੂੰ ਦਵਾਈ ਖਾਦੀ ਤੈਨੂੰ ਤੈਨੂੰ ਤੂੰ ਨਸ਼ਾ ਛਡਾਓ ਕੇਂਦਰ ਗਿਆ ਸੀ ਕਿ ਜਾਂ ਘਰੇ ਮਨ ਬਣਾ ਲਏ ਕਿ ਮੈਂ ਹੁਣ ਛੱਡ ਦੇਣਾ ਨਾ 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 ਵੀਰੇ ਹਾਂ ਹਾਂ ਇਦਾਂ ਦੇ ਤਾਂ ਨਹੀਂ ਗਿਆ ਮੈਂ ਅੱਛਾ ਘਰੇ ਬਸ ਉਹ ਹਸਪੀਟਲ ਐਡਮਿਟ ਸੀਗਾ ਵੀਰੇ ਠੀਕ 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 ਉਹਨਾਂ ਨੇ ਪਤਾ ਨਹੀਂ ਕੀ ਕੋਈ ਇੰਜੈਕਸ਼ਨ ਇੰਜੈਕਸ਼ਨ ਲਾਉਂਦੇ ਨੀਂ ਦਾ ਹਾਂ ਲਾਂਦੇ ਨੇ ਤਾ ਨਾ ਤੇ ਵਿੱਚ ਕੁਝ ਉਹ ਟਰਾਮਾਡੋਲ ਦਾ ਇੱਕ ਲਾਉਂਦੇ ਹੀ ਕਰੇ ਇੱਕ ਕੋਈ ਹੋਰ ਲਾਉਂਦੇ ਹੁੰਦੇ ਹੀ ਉਹਨਾਂ ਮਤਲਬ ਸੈਟਅਪ ਜਿਹਾ ਆ ਜਾਂਦਾ ਸੀਗਾ ਮੈਂ ਤਾਂ ਫੇਰ 4 ਦਿਨ ਹੋਣੀ ਸੀਗੀ ਜਦੋਂ 5ਵੇਂ ਦਿਨ ਆਇਆ ਉਹ ਕਹਿੰਦੇ ਦਵਾਈ ਖਾ ਲਓ ਬੜਾ ਵਧੀਆ ਵੀਰੇ ਮੈਨੂੰ ਨਾ ਇਦਾਂ ਲੱਗਾ ਮੈਂ ਬੰਦੇ ਵਾਲੀ ਜੂਨ ਬੰਦੇ ਵਾਲੀ ਜੂਨ ਚ ਆ ਗਿਆ ਹਾਂ ਹਾਂ ਅੱਛਾ ਆਰਵੀ ਤੂੰ ਵੀ ਤੂੰ ਵੀ ਤੂੰ ਵੀ ਕੀਤਾ ਹੀ ਹੋਣਾ ਤੁਹਾਨੂੰ ਪਤਾ ਹੀ ਹੈ ਬਿਲਕੁਲ ਬਿਲਕੁਲ ਸਿਰਫ 72 ਘੰਟੇ ਉਹ ਕਿਉਂ ਹੁੰਦੇ ਨੇ ਜਦੋਂ ਬੰਦੇ ਨੂੰ ਨਸ਼ਾ ਲੱਗਦਾ ਹੈ ਨਾ ਉਹ ਵੀ 72 ਘੰਟੇ ਕਰੋ ਤੇ ਫੇਰ ਲੱਗਦਾ ਯਾਨੀ ਕਿ ਤਿੰਨ ਦਿਨ ਲਗਾਤਾਰ ਨਸ਼ਾ ਕਰੋ ਨਾ ਕੋਈ ਅੱਜ ਕਰ ਲਿਆ ਕੱਲ ਫੇਰ ਮੰਢੀਰਨਾ ਕਰ ਲਿਆ ਪਰਸੂ ਫੇਰ ਕਰ ਲਿਆ ਫੇਰ ਲੱਗ ਜਾਂਦਾ ਤੇ ਨਸ਼ਾ ਛੱਡਣ ਨੂੰ ਵੀ 72 ਘੰਟੇ ਲੱਗਦੇ ਨੇ ਜੇ ਤੁਸੀਂ 72 ਘੰਟੇ ਨਸ਼ਾ ਨਹੀਂ ਨਾ ਕੀਤਾ ਕੋਈ ਉਹ 72 ਘੰਟੇ ਦੀ ਟੋਟ ਲੱਗਦੀ ਤਿੰਨ ਦਿਨ ਹੀ ਟੋਟ ਲੱਗਦੀ ਬੰਦੇ ਨੂੰ ਚੌਥੇ ਦਿਨ ਤੇ ਬੰਦਾ ਨੋਰ ਮਲ ਹੋ ਜਾਂਦਾ ਬਹੁਤ ਜਿਆਦੀ ਲੱਗਦੀ 72 ਘੰਟੇ ਵਾਲੀ ਜਿਹੜਾ ਉਹ ਕੱਢ ਗਿਆ ਬਾਅਦ ਤਾਂ ਹੌਲੀ ਹੌਲੀ ਹੋ ਹੀ ਜਾਂਦਾ ਬਿਲਕੁਲ ਬਿਲਕੁਲ ਨਹੀਂ ਨਹੀਂ ਮਨ ਬਣਾਓ ਜਿਹੜਾ ਭਰਾ ਲੱਗਾ ਵੇ ਕੋਈ ਫਾਇਦਾ ਨਹੀਂ ਹੈ ਕੋខਾ ਨਹੀਂ ਆ ਨਸ਼ਾ ਛੱਡਣ ਨੂੰ ਲੱਗਦਾ ਅੱਛਾ ਆਰ ਵੀ ਮੇਰੀ ਅਗਲੀ ਗੱਲਬਾਤ ਇਹ ਸੀ ਕਿ ਯਾਰ ਤੈਨੂੰ ਗਾਣਿਆਂ ਗੁਣਿਆਂ ਦੇ ਵੀ ਬੜਾ ਸ਼ੌਂਕ ਹੈ ਨਾ ਤੂੰ ਗਾਣਿਆਂ 'ਚ ਮਾਡਲ ਵੀ ਆਇਆ ਐ ਐਸੇ ਮਾਡਲ ਤੂੰ ਪ੍ਰੋਡਿਊਸ ਵੀ ਕੀਤੇ ਨੇ ਤੁਹਾਡੀ ਆਪਣੀ ਘਰ ਦੀ ਕੰਪਨੀ ਵੀਰੇ ਬਰੇਕ ਆਇਆ ਘਰ ਦੀ ਕੰਪਨੀ ਨਹੀਂ ਕਹਦਾ ਤੇ ਘਰ ਦਾ ਕਹਿਣ ਤੋਂ ਭਾਵ ਸਿੱਧਾ-ਸਿੱਧੇ ਅੱਖਰਾਂ 'ਚ ਦੱਸੋ ਕਿ ਟੂ ਆਈ ਮਰਾਇਆ ਜਿੰਨਾ ਮਰਾਇਆ ਅੱਛਾ ਕੁਝ ਕਮਾਇਆ ਨਹੀਂ ਗਾ ਸਹੀ ਹਾਂ ਸਿੱਧੇ ਅੱਖਰਾਂ 'ਚ ਇਹ ਕਹ ਲਓ ਤੇ ਗਾਣੇ ਕਰਨ ਦਾ ਛੌਂਕ ਨਹੀਂ ਗਾ ਵੀਰੇ ਤੇ ਨਾ ਮੈਨੂੰ ਗਾਣਿਆਂ ਦਾ ਇਦਾਂ ਛੌਂਕ ਹੈਗਾ ਆ ਕਿ ਮੈਂ ਕਰਾਂ ਹੂੰ ਕਿ ਪਹਿਲੋ-ਪਹਿਲੋ ਤਾਂ ਚਲੋ ਉਦੋਂ ਛੜਤਾਂ ਛੁਰਤਾਂ ਲੱਗ ਗਈਆਂ ਸੀਗੀਆਂ ਆਪਣੇ ਬੰਦੇ ਨਾ ਕਿ ਗਾਣੇ ਕਰ ਨਹੀਂ ਸਕਦੇ ਉਦੋਂ ਮੜਾ ਝਗੜਾ ਝੋਲਾ ਚੱਲ ਰਿਹਾ ਸੀ ਬਿਲਕੁਲ ਬਿਲਕੁਲ ਉਦੋਂ ਫਿਰ ਬਾਗੀ ਮਿਲਿਆ ਤੇ ਬਾਗੀ ਆਇਆ ਤੇ ਬਾਗੀ ਨੇ ਰਿਕੁਐਸਟਾ ਰਿਕੁਐਸਟਾ ਉਦੋਂ ਕੀਤੀ ਨਾ ਜਦੋਂ ਕਿਉਂਕਿ ਉਦੋਂ ਫੇ ਆਇਆ ਤੇ ਸਾਨੂੰ ਵੀ ਲੱਗਾ ਕਿ ਹਾਂ ਵੀ ਬਾਈ ਨੂੰ ਲੋੜ ਆ ਹੂੰ ਫਿਰ ਬਾਗੀ ਕਰਕੇ ਕੰਪਨੀ ਖੋਲੀ ਤੇ ਕੀਤੇ ਗਾਣੇ ਫਿਰ ਬੱਚ ਜੇ ਬਾਕੀ ਦਾ ਉਹ ਚੱਕਰ ਪੈ ਗਿਆ ਮੜਾ ਘਰ ਦੇ ਉਹਦੇ ਢਿੱਲੇ ਜੇ ਹੋ ਗਏ ਥੋੜੇ ਬਹੁਤੇ ਤੇ ਉਤੋਂ ਸਾਲ ਦੋ ਸਾਲ ਆ ਨਹੀਂ ਹੋਇਆ ਠੀਕ ਹੈ ਤੇ ਉਹਦੇ ਕਰਕੇ ਗਾਣੇ ਲੇਟ ਹੁੰਦੇ ਗਏ ਉਹ ਲੇਟ ਹੁੰਦੇ ਗਏ ਫਿਰ ਜਦੋਂ ਫਿਰ ਮੈਨੂੰ ਵੀ ਖੈ ਜੀ ਜੀ ਉਹ ਆਈ ਨਾ ਕਿ ਹਾਂ ਵੀ ਮੈਂ ਬਾਰ ਬਾਰ ਕਹੀ ਜਾਂਦਾ ਕਿ ਹਾਂ ਵੀ ਆਪਾਂ ਅੱਠ ਨੌ ਗਾਣੇ ਕਰਕੇ ਛੱਡੀਏ ਤੇ ਆਉਣ ਨਹੀਂ ਡਿਆ ਮੈਨੂੰ ਨਹੀਂ ਪਤਾ ਕਿ ਉਹਦੀ ਮਜਬੂਰੀ ਆ ਕੋਈ ਹੂੰ ਹੂੰ ਹੋਊਗੀ ਮਜਬੂਰੀ ਕੋਈ ਪਰ ਫਿਰ ਵੀ ਚਲੋ ਨਹੀਂ ਆਇਆ ਉਹ ਕਿੰਨਾ ਚਿਰ ਅੱਛਾ ਮੈਂ ਬੜਾ ਫੋਨ ਕਰਦਾ ਰਿਆ ਫਿਰ ਬਾਅਦ ਚ ਫੇ ਮੇਰਾ ਨਹੀਂ ਜੇ ਡੇਢ ਸਾਲ ਉਹਦਾ ਨਹੀਂ ਮੰਨ ਕੀਤਾ ਡੇਢ ਸਾਲ ਫੇ ਮੈਂ ਕਿਹਾ ਚੱਲ ਡੇਢ ਸਾਲ ਹੁਣ ਮੇਰਾ ਵੀ ਮਾਨ ਹੈ ਨਹੀਂ ਅੱਛਾ ਆ ਪਿਛੇ ਦਾ ਤੂੰ ਗਿਆ ਤੇ ਆਈ 2 ਮਹੀਨੇ ਪਹਿਲਾਂ ਉਹਦੇ ਘਰ ਬਾਗੀ ਦੇ ਘਰ ਮੈਂ ਵਲੋਗ ਵੇਖੇ ਉਹ ਮੈਂ ਸਾਰੀ ਗੱਲ ਦੱਸਦਾ ਡੇਢ ਸਾਲ ਫੇ ਮੇਰਾ ਨਹੀਂ ਮੰਨ ਕੀਤਾ ਫਿਰ ਬਾਅਦ ਚ ਐਵੇਂ ਜ਼ਲਾਹ ਬਣਾਈ ਵੇ ਬਾਅਦ ਚ ਜਦੋਂ ਹੋ ਗਿਆ ਕਿ ਚਲੋ ਵੀ ਬਾਕੀ ਕਹਿੰਦਾ ਛੱਡੋ ਪੁਰਾਣੀਆਂ ਗੱਲਾਂ ਨੂੰ ਹਨਾ ਕਿ ਗਾਣੇ ਕਰਦੇ ਆਂ ਇਦਾਂ ਕਰਦੇ ਆਂ ਫੇ ਗਾਣੇ ਸਿਲੈਕਟ ਕਰ ਲੈ ਤੇ ਮਤਲਬ ਜਿਹੜੇ ਜਿਹੜੇ ਕਰਨੇ ਸੀਗੇ ਉਹ ਗਾਣਾ ਇੱਕ ਹੋ ਗਿਆ ਵਾਇਰਲ ਅਸੀਂ ਗੱਡੀ 'ਚ ਬਹਿ ਕੇ ਰੀਲ ਪਾਤੀ ਅੱਛਾ ਹੋਇਆ ਕੀ ਜੇ ਮਿੱਤਰਾਂ ਤੋਂ ਅੱਗੇ ਲੰਘ ਗਏ ਨਹੀਂ ਸਾਲੇ ਲੰਘੇ ਵੀ ਤਾਂ ਲੰਘੇ ਲੱਤਾਂ ਥਾਣੀਆਂ ਲੱਤਾਂ ਥਾਣੀਆਂ ਹਾਂ ਉਹ ਰੀਲ ਚੱਲ ਗਈ ਵਾਇਰਲ ਤੇ ਬਾਗੀ ਜਾ ਜੀ ਨੂੰ ਆ ਗਏ ਕੰਪਨੀ ਦੇ ਆਫਰ ਅੱਛਾ ਤੇ ਹਾਂ ਉਹ ਤਾਂ ਆਉਣੇ ਸੀਗੇ ਓਬਵੀਅਸ ਜੀ ਗੱਲ ਐ ਬਹੁਤ ਵਾਇਰਲ ਚਲ ਗਈ ਹਾਂ ਤੇ ਬਾਗੀ ਭਾ ਉਧਰੋਂ ਚਲ ਗਿਆ ਮੈਂ ਫਿਰ ਦੇਖਦਾ ਰਹਿ ਗਿਆ ਅੱਛਾ ਤੇ ਫਿਰ ਫਿਰ ਮੁੰਡਾ ਸੀਗਾ ਪ੍ਰਭ ਸਿਆਣ ਹਾਂ ਤੇ ਉਹ ਮੁੰਡਾ ਬਹੁਤ ਆਉਂਦਾ ਹੁੰਦਾ ਹੈ ਆਪਣੇ ਕੋ ਮਤਲਬ ਬਾਤ ਚੋੜਨ ਲੱਗਾਈ ਪਰ ਉਹ ਬੜਾ ਤੰਗ ਜਿਹਾ ਸੀਗਾ ਕਈ ਚੀਜ਼ਾਂ 'ਚ ਫਸਿਆ ਸੀਗਾ ਉਨੇ ਬੜਾਰਾ ਪੰਗੀ ਦਸਣੀ ਮਤਲਬ ਇਹ ਕਹਿਣ ਤੋਂ ਬਰ ਰੋਣ ਰੋ ਹੀ ਪਿਆਈ ਅਖੀਰਲੇ ਟਾਈਮ ਕਿ ਬਰੇ ਕਿ ਮੈਨੂੰ ਮੋਰੇ ਕੋ ਜਿੰਦਗੀ ਦਿਸਦਾ ਹੀ ਨਹੀਂਗਾ ਤੇ ਗਾਣੇ ਕਰਾਓ ਹਨਾ ਕੀ ਪਤਾ ਮੇਰਾ ਚੱਲੂਗਾ ਇਦਾਂ ਉਦਾਂ ਲਟਰ ਮਟਰ ਹੂੰ ਤੇ ਇਹ ਕਹਿੰਦੇ ਕਿ ਹੋਂਦੇ ਮਤਲਬ 6 ਮਹੀਨੇ ਲੰਘ ਗਏ ਮੈਂ ਨਹੀਂ ਕਰਾਇਆ ਤਾਂ ਮੈਨੂੰ ਗੁਰਵੀ ਦਾ ਫੋਨ ਆਇਆ ਕਹਿੰਦਾ ਯਾਰ ਕਿਉਂ ਸਰਦਾਰ ਮੁੰਡੇ ਨੂੰ ਪਟਾਈ ਰੱਖ ਤਾ ਗਾਣੇ ਕਰਾ ਜੇ ਕਰਾਉਣੇ ਨਹੀਂ ਤਾਂ ਉਹਨੂੰ ਦੱਸ ਮੈਂ ਕਿਹਾ ਮੈਂ ਨਾ ਤਾਂ ਕੀਤੀ ਨਹੀਂ ਯਾਰ ਕਹਿੰਦਾ ਫੇ ਗਾਣੇ ਕਰਾ ਹੈ ਨਾ ਫਿਰ ਮੈਂ ਕਰਾਏ ਫਿਰ ਠੀਕ ਆ ਜਿੰਨੇ ਵੀ ਉਹਦੇ ਗਾਣੇ ਆ YouTube ਤੇ ਤਾਂ ਟ੍ਰੈਂਡਿੰਗ ਤੇ ਰਹੇ ਆ ਕੋਈ ਬੰਨ ਤੇ ਕੋਈ ਤਨ ਤੇ ਕੋਈ ਕਾਇ ਤੇ ਹੈ ਨਾ ਮਤਲਬ ਵਧੀਆ ਚੱਲੇ ਆ ਪਰ ਕਹਿਣ ਤੋਂ ਭਾਵ ਜੋ ਮੈਂ ਸੋਚਿਆ ਸੀ ਉੰਨਾ ਨਹੀਂ ਮੈਂ ਉੱਪਰਲਾ ਸੋਚਿਆ ਸੀਗਾ ਕਿ ਹਾਂ ਭਈ ਉਹ ਹੋਰ ਉੱਪਰ ਜਾਣੇ ਚਾਹੀਦੇ ਉੰਨੇ ਨਹੀਂ ਚੱਲੇ ਪਰ ਮਾਤਮਾ ਉਹਨੇ ਵੀ ਚਲਾਉਣਾ ਹੀ ਪਰ ਹੱਲੇ ਥੋੜਾ ਟਾਈਮ ਲੱਗਣਾ ਹੈ ਮਿਹਨਤ ਲੱਗਦੀ ਹਰ ਕੰਮ ਜੇ ਆਪਾਂ ਸੋਚ ਲਈਏ ਹਾਂ ਜੇ ਆਪਾਂ ਸੋਚ ਲਈਏ ਕਿ ਹਾਂ ਵੀ ਪਹਿਲਾ ਹੀ ਗਾਣਾ ਆਪਣਾ ਨੈਟ ਚੱਲ ਜਵੇ ਕਿ ਦੁਨੀਆ ਪਿੱਛੇ-ਪਿੱਛੇ ਦੂਰੀ ਫਰੇ ਐ ਐ ਇਦਾਂ ਨਹੀਂ ਹੁੰਦਾ ਥੋੜਾ ਜ਼ਬਰ ਸੰਤੋਖ ਰੱਖਣਾ ਪੈਂਦਾ ਆ ਚੱਕਰਿਆ ਤੇ ਪਰ ਨਹੀਂ ਇਹ ਕਰਦੇ ਰਹਿ ਗਾਣੇ ਮਤਲਬ ਮੈਨੂੰ ਲੱਗਦਾ 8 ਕ ਗਾਣੇ ਕੀਤੇ ਹੋਣੇ ਆ ਤੇਵੇ ਪਤਾ ਨਹੀਂ ਪ੍ਰਭ ਨੂੰ ਕੀ ਹੋਇਆ ਫਿਰ ਉਹ ਕਹਿੰਦਾ ਮੈਂ ਹਾਈਲਾਈਟਸ ਕਰਦਾ ਆ ਅੱਛਾ ਉਹ ਵੀ ਚੱਲ ਗਿਆ ਪਤਾ ਵੀ ਨਹੀਂ ਨਾ ਕੋਈ ਆ ਆਇਆ ਨਹੀਂ ਭਾਚੀ ਯਾਰ ਕਦੀ ਨਾ ਯਾਰ ਹਾਈਲਾਈਟਸ ਦਾ ਕਿਹਾ ਉਹਨੇ ਨਾ ਕੋਈ ਝਗੜਾ ਨਹੀਂ ਕੋਈ ਵਾਸਤਾ ਨਹੀਂ ਕੋਈ ਇਦਾਂ ਦਾ ਨਹੀਂ ਕੋਈ ਲੜਾਈ ਝਗੜਾ ਥੋੜਾ ਆ ਮਤਲਬ ਆਇਆ ਨਹੀਂ ਆ ਤੇ ਉਹ ਕਹਿੰਦਾ ਮੈਂ ਹਾਈਲਾਈਟਸ ਕਰਦਾ ਆ ਯਾਰ ਪੈਸੇ ਲਾਣੇ ਕਿਸੇ ਗਾਣੇ ਦੇ ਪੈਸੇ ਲਾਣੇ ਕੋਈ ਕੰਪਨੀ ਖੜੀ ਕਰਨੀ ਇਹ ਕੋਈ ਖਾਲੀ ਜਿਹਾ ਵੜਾ ਥੋੜਾ ਹੈ ਉਹ ਬੋਲ ਆਇਆ ਵੀਰੇ ਅ ਪਰ ਉਹਦਾ ਚਲੋ ਆ ਬੜਾ ਭਰਾ ਆ ਚਲੋ ਉਹਦੀ ਮਜਬੂਰੀ ਹੋएगी ਉਹ ਗੱਲ ਇਹ ਆ ਕਿ ਆ ਸ਼ਾਇਦ ਪਰ ਉਹਦਾ ਜੇ ਆਇਲਟਸ ਕਰਦਾ ਬੰਦਾ ਪਰ ਮੈਂ ਇਹ ਸੋਚਦਾ ਜੇ ਇਕੱਲੇ ਆਇਲਟਸ ਕਰਦਾ ਨਹੀਂ ਆਉਂਦਾ ਫਿਰ ਇੰਨਾ ਚਿਰ ਆਉਂਦਾ ਰਿਹਾ ਲਗਾਤਾਰ ਮਤਲਬ ਬੇਨਾਂ ਅੱਗੇ ਹੂੰ ਹੂੰ ਹੈਨਾ ਉਦੋਂ ਵੀ ਤਾਂ ਆਉਂਦਾ ਹੀ ਹੁਣ ਵੀ ਆ ਸਕਦਾ ਜੇ ਉਹਣਾ ਹੋਵੇ ਪਰ ਉਹ ਨਹੀਂ ਆਇਆ ਜੇ ਜੇ ਮੇਰਾ ਕੋਈ ਕਸੂਰ ਆ ਉਹ ਵੀਡੀਓ ਪਾ ਕੇ ਦੱਸ ਸਕਦਾ ਆ ਕਿ ਹਾਂ ਆਰ ਵੀ ਵੀਰੇ ਤੇਰਾ ਕਸੂਰ ਆ ਮੈਨ ਮੇਰਾ ਕੋਈ ਜਮਾਂ ਕਸੂਰ ਨਹੀਂ ਮੈਨੂੰ ਪਤਾ ਸਾਡੇ 'ਚ ਕੋਈ ਚੱਕਰ ਹੀ ਨਹੀਂ ਸਾਡੇ 'ਚ ਕੋਈ ਗੱਲ ਹੀ ਨਹੀਂ ਹੋਈ ਇਦਾਂ ਦੀ ਹਮ ਪਰ ਨਹੀਂ ਤੇ ਹੁਣ ਤੂੰ ਪਤਾ ਨਹੀਂ ਕੀ ਹੋਇਆ ਹੁਣ ਤੂੰ ਫਿਊਚਰ 'ਚ ਸੋਚਿਆ ਕਿ ਮੁੰਡਾ ਲਾਂਚ ਕਰਨ ਨੂੰ ਨਵਾਂ ਬਰੇ ਨਹੀਂ ਅੱਛਾ ਸੋਚਿਆ ਨਹੀਂ ਪਰ ਜੇ ਕੇ ਨੂੰ ਹੈਲਪ ਦੀ ਲੋੜ ਹੋਈ ਉਹਨੇ ਉਹਦੀ ਕਰਨੀ ਆ ਹਾਂ ਨਨੀ ਸਹੀ ਆਹੋ ਤਾਂ ਪੰਜਾਬ 'ਚ ਬੜਾ ਟੈਲੈਂਟ ਏ ਚਲ ਕੋਈ ਨਹੀਂ ਜੇ ਹੁਣ ਕੋਈ ਲਾਂਚ ਕਰਨਾ ਕੋਈ ਹੈਨਾ ਵਧੀਆ ਜੇ ਬੰਦਾ ਕਰੀ ਕੋਈ ਜਿਹੜਾ ਭਰੋਸੇਮੰਦ ਵੀ ਹੋਵੇ ਵੀਰੇ ਬਹੁਤ ਜ਼ਿਆਦਾ ਵਿਚਾਰਾ ਕਰੋ ਤੰਗ ਹੋਵੇ ਨਾ ਉਹਦੀ ਹੈਲਪ ਜ਼ਰੂਰ ਕਰਾਂਗੇ ਵੀਰੇ ਕਿ ਹਾਂ ਵੀ ਅਗਲੇ ਨੇ ਸ਼ੋਅ ਸ਼ੂ ਲੱਗਦੇ ਹੋਏ ਨੇ ਰੋਟੀ ਕਮਾਉਣ ਜੋਗਾ ਹੋ ਜਾਵੇ ਠੀਕ ਹੈ ਆਪਣਾ ਹੁਣ ਅੱਛਾ ਐਂਡ ਵਾਲੇ ਤੇ ਆਰ ਵੀ ਮੈਂ ਇਹ ਤੇਰੇ ਕੋਲ ਲਾਸਟ ਸਾਲ ਪੁੱਛਣਾ ਚਾਹਣਾ ਤੈਨੂੰ ਪਤਾ ਹੈ ਚੋਪ ਦੀ ਕੋਈ ਕੰਟਰੋਵਰਸੀ ਹੋਈ ਹੁਣ ਚੋਪ ਦੇ ਵਿਚਾਰੇ ਦੇ ਸਟੇਜ ਸ਼ੋ ਜਿਹੜੇ ਸੀ ਲੱਗਨੇ ਰਹਿ ਗਏ ਯਾਰ ਪਿੱਛੇ ਪਏ ਆ ਉਹਦੇ ਪਿੱਛੇ ਪਏ ਆ ਸਿਰ ਪੱਗ ਕਰਕੇ ਪਏ ਆ ਹੈ ਬਈ ਯਾਰ ਕਿਹੜਾ ਸਿੰਗਰ ਆ ਉਹਦੇ ਨਾਲ ਖੜਾ ਕੋਈ ਨਹੀਂ ਖੜਾ ਨਾ ਕੋਈ ਨਹੀਂ ਖੜਾ ਯਾਰ ਚੱਜ ਨਾ ਕੋਈ ਖੜਾ ਹਾਂ ਨਾ ਨਾ ਜਸ ਬਾਜਬਾ ਖੜਾ ਆ ਉਹਨੇ ਕੀਤਾ ਸੀਗਾ ਅਰਜੈਂਟੇ ਲੋ ਹੋਰ ਮੈਨੂੰ ਕਿਹਦਾ ਕਿਹਦਾ ਦੱਸਣ ਡਿਆ ਆਈ ਅਰਜੈਂਟੇ ਲੋ ਹਾਂ ਹੋਰਾਂ ਨੇ ਵੀ ਪਾਈ ਇਹ ਤੂੰ ਮੈਂ ਬਲੇ ਹੋਰ ਵੀ ਸਗੇ ਕਿਹੜੇ ਕਿਹੜੇ ਹੋਰਾਂ ਨੇ ਵੀ ਇੱਕ ਦੋ ਨੇ ਪਾਈ ਪਰ ਜ਼ਿਆਦਾ ਤੋਰ ਤੇ ਨਹੀਂ ਪਾਈ ਪਰ ਵੀਰੇ ਖੁੱਲ ਕੇ ਰਿਪੋਰਟ ਕਰੋ ਵੀਰੇ ਹਨਾ ਖੁੱਲ ਕੇ ਕਰੋ ਕਿ ਹਾਂ ਬਈ ਕਿ ਇਦਾਂ ਨਹੀਂ ਕਰਨੀ ਚਾਹੀਦੀ ਉਹ ਮੁੰਡਾ ਉਹ ਯਾਰ ਮੇਰੀ ਗੱਲ ਸੁਣੋ ਮੈਂ ਤਾਂ ਉਹ ਸ਼ੁੱਭ ਤਾਂ ਦੇਖਦਾ ਮੈਂ ਅੱਗੇ ਵੀ ਗੱਲ ਕਰਦਾ ਉਹਨਾਂ ਮੈਂ ਕਿਹਾ ਮੁੰਡਾ ਕਿਸੇ ਨੂੰ ਕੁਝ ਕਹਿੰਦਾ ਨਹੀਂ ਕਦੀ ਇਹਨੇ ਕਦੀ ਉਹ ਨਾ ਕਦੀ ਲਾਈਵ ਨਾ ਕਦੀ ਕੁਝ ਉਹ ਯਾਰ ਕੋਈ ਗੱਲ ਨਾ ਵਾਸਤਾ ਉਹਨੇ ਉਹਦੀ ਪੋਸਟ ਪਾਤੀ ਉਹ ਕਿਹੜੀ ਬਹੁਤ ਵੱਡੀ ਗੱਲ ਸੀਗੀ ਉਹਨੇ ਡਿਲੀਟ ਵੀ ਜਲਦੀ ਕਰਤੀ ਉਹਨੂੰ ਸਹੀ ਰਸਾਂ ਕਈ ਵਾਰ ਹੈ ਨਾ ਦੇਖੋ ਆਪਾਂ ਇਦਾਂ ਦੇ ਮੇਰੇ ਕੋਲ ਬੈ ਤਾਂ ਵੱਡੀ ਪੋਸਟ ਨਹੀਂ ਸੀ ਸਾਡੇ ਮੁਤਾਬਕ ਪਰ ਜੇ ਕੋਈ ਲੈਂਦਾ ਤੇ ਉਹ ਤੋਂ ਉਹਦੀ ਫੋਟੋ ਆਈ ਸੀ ਉਹਨੇ ਉਹਦੀ ਅਚਾਨਕ ਅਪਲੋਡ ਕਰਤੀ ਵਧੀਆ ਲੱਗੀ ਉਹਨੂੰ ਤੇ ਥੋੜੇ ਚਿਰ ਚ ਉਹਨੇ ਡਿਲੀਟ ਕਰਤੀ ਉਹ ਮੁੱਦਾ ਇੰਨਾ ਚੱਕਿਆ ਇੰਨਾ ਚੱਕਿਆ ਯਾਰ ਚੰਗੀ ਗੱਲ ਤਾਂ ਹੈ ਨਹੀਂ ਬਿਲਕੁਲ ਬਿਲਕੁਲ ਹਰੇਕ ਪੱਗ ਪੰਨਰ ਵਾਲੇ ਨੂੰ ਕਹ ਦਿੰਦੇ ਨੇ ਤੁਸੀਂ ਖਾਲਸਤਾਨੀ ਆ ਤੁਸੀਂ ਐ ਆ ਤੁਸੀਂ ਓ ਆ ਉਹ ਯਾਰ ਜੇ ਇਦਾਂ ਹੈ ਤਾਂ ਫੇ ਹੈਗੇ ਆ ਆਹੋ ਫਿਰ ਪ੍ਰੋਬਲਮ ਕਾਦੀ ਹੈ ਨਾ ਖਾਲਸਤਾਨੀ ਕੋਈ ਲਫ਼ਜ਼ ਮਾੜਾ ਨਹੀਂ ਹੈ ਇਹਨਾਂ ਨੇ ਪਤਾ ਨਹੀਂ ਕਦ ਤੂੰ ਅੱਤਵਾਦੀ ਬਣਾ ਛੱਡਿਆ ਵੇ ਮੁੰਡਿਆਂ ਨੂੰ ਤੰਗ ਕਰਦੇ ਨੇ ਯਾਰ ਖਾਲਸ ਦਾ ਮਤਲਬ ਖਾਲਸ ਹਾਂ ਖਾਲਸ ਪਿਓਰ ਇਹ ਯਾਰ ਇਹ ਪੀ ਨੂੰ ਵੀ ਤੰਗ ਤੰਗ ਕਰਦੇ ਨੇ ਇਹ ਪੀ ਢਿੱਲੋ ਨੂੰ ਵੀ ਨਾ ਬਹੁਤ ਤੰਗ ਕਰਦੇ ਨੇ ਆ ਗੋਦੀ মিডিਆ ਬਹੁਤ ਤੰਗ ਕਰਦਾ ਆਪਣੇ ਮੁੰਡੇਆਂ ਨੂੰ ਚਲੋ ਕੋਈ ਨਹੀਂ ਅਸੀਂ ਤੇ ਚਾਹਨੇ ਆ ਵੀ ਸਾਰਾ ਕੁਝ ਸਹੀ ਸਲਾਮਤ ਰਵੇ ਤੇ ਆਰ ਵੀ ਕੁਝ ਕਹਿਣਾ ਵੇ ਐਂਡ ਤੇ ਸੱਚ ਆਰ ਵੀ ਦਾ ਚੈਨਲ 0300 ਵਾਲੇ ਸਾਰਿਆਂ ਨੇ ਸਬਸਕ੍ਰਾਈਬ ਕੀਤਾ ਹੋਣਾ ਤੇ ਹੋਰ ਵੀ ਮੇਰੇ ਭੈਣ ਭਰਾ ਜਿਹੜੇ ਵੀਰੇ ਜਿਹੜੇ ਜੇ ਨੇ ਜਿਹੜੇ ਆ ਨਾ ਮੇਰੇ ਭੈਣ ਭਰਾ ਮੈਨੂੰ ਨਹੀਂ ਜਾਣਦੇ ਤੇ ਉਹਨਾਂ ਨੂੰ ਮੈਂ ਕਹਿਣਾ ਚਾਹੁੰਨਾ 0300 ਵਾਲੇ ਕਰਕੇ ਮੇਰਾ ਚੈਨਲ ਆ ਸਬਸਕ੍ਰਾਈਬ ਕਰ ਲਿਓ ਬਾਕੀ ਬਾਏ ਬਾਏ ਲਿੰਕ ਦੇ ਦਊਗਾ ਤੇ ਡਿਸਕ੍ਰਿਪਸ਼ਨ ਚ ਤੇ ਬਸ ਇਹੀ ਗੱਲਾਂ ਜੋ ਹਨ ਜੇ ਕੋਈ ਗੱਲਾਂ ਮਾੜੀਆਂ ਲੱਗੀਆਂ ਉਹਨੂੰ ਦਿਲ ਤੇ ਨਹੀਂ ਲਾਉਣੀਆਂ ਇਹ ਦੇਖੋ ਜੀ ਨਾਰਮਲ ਵਾਰਤਲਾਪ ਆ ਭਰਾਵਾ ਦੀ ਠੀਕ ਆ ਹੱਲੇ ਹੀ ਬਾਲਾ ਖੁੱਲੇ ਨਹੀਂਗੇ ਹੱਲੇ ਅਗਲੇ ਪੌੜ ਗਿਆ ਉਸ ਤੇ ਮੈਂ ਬਹੁਤ ਕੁਝ ਖੁੱਲਣਾ ਆ ਹੱਲੇ ਮਾੜਾ ਕਿ ਮੈਨੂੰ ਪਤਾ ਨਹੀਂ ਸੀ ਕਿਦਾਂ ਕਰੀਦਾ ਮੈਂ ਕਦੇ ਇੰਟਰਵਿਊ ਵੀ ਇਸ ਗੱਲੋਂ ਨਹੀਂ ਦਿੱਤੀ ਕਿ ਮੈਂ ਆਪਣੇ ਕੇ ਖਾਸ ਭਰਾ ਨਾਲ ਗੱਲ ਕਰੂੰਗਾ ਤੇ ਉਹ ਖਾਸ ਭਰਾ ਇਹ ਆ ਠੀਕ ਆ ਤੇ ਜਦੋਂ ਅਈ ਮੜਾ ਖੁੱਲ ਕੇ ਕਈ ਗੱਲਾਂ ਤੇ ਮੈਂ ਬੋਲਣਾ ਚਾਹੁੰਨਾ ਆ ਹੱਲੇ ਵੀ ਮੈਂ ਘੁੱਟ ਗਿਆ ਗੱਲਾਂ ਹੂੰ ਉਹ ਜਦੋਂ ਮੈਂ ਖੁੱਲਿਆ ਨਾ ਮੈਂ ਕਿਹਾ ਭੈਣ ਚੋ ਉਦੋਂ ਤੁਸੀਂ ਕਿਹਨੇ ਮੇਰੇ ਪਿੱਛੇ ਪੈ ਜਾਣਾ ਕਿਹਨੇ ਕੁਝ ਕਹਿਣ ਲੱਪੈਣਾ ਤੁਹਾਨੂੰ ਕਈਆਂ ਨੂੰ ਉਹ ਗੱਲਾਂ ਨਹੀਂ ਵਧੀਆ ਲੱਗੀਆਂ ਮੈਂ ਸ਼ੋਰਿਆ ਨਹੀਂ ਨਹੀਂ ਵੈਸੇ ਵੀ ਜਿਵੇਂ ਮੈਂ ਯਾਰ ਤੁਹਾਨੂੰ ਪਤਾ ਮੈਂ ਮੈਂ ਮੈਕ ਮੈਕ ਮੈਂ ਗੱਲ ਦਸਾਰ ਵੀ ਮੇਰੇ ਮੈਂ ਬੜਾ ਦਿਲਚਸਪ ਰੱਖਦਾ ਨਹੀਂ ਮੈਂ ਵੈਸੇ ਤੇ ਗੱਲ ਦਸਾਂ ਹਾਂ ਹਾਂਜੀ ਹਾਂਜੀ ਤੁਸੀਂ ਵਧੀਆ ਕਰਦੇ ਜਿਹੜੇ ਪੰਜਾਬ ਨਹੀਂ ਮੁੰਡੇ ਬੈਠੇ ਵਧੀਆ ਕਰਦੇ ਜਿਹੜੇ ਮੁੱਦਿਆਂ ਤੇ ਨਹੀਂ ਬੋਲਦੇ ਅਸੀਂ ਬੋਲੀ ਤਾਂ ਸਾਨੂੰ ਪਤਾ ਹੈ ਅਸੀਂ ਪੰਜਾਬ ਨਾਲ ਖੜੀ ਦਾ ਫਿਰ ਵੀ ਸਾਨੂੰ ਇਹ ਕਹਿੰਦੇ ਨੇ ਤੁਸੀਂ ਬੀਜੇਪੀ ਦੇ ਹੋ ਆਰਐਸਐਸ ਦੇ ਹੋ ਸਮਝੇ ਗੱਲ ਵੀ ਸਰਕਾਰ ਕੋਲ ਵੀ ਅੱਛਾ ਹਾਂ ਇਹ ਯਾਰ ਦੇ ਆ ਆਈ ਤਾਂ ਗੱਲਾਂ ਮਾੜੀਆਂ ਯਾਰ ਇੰਨਾ ਬੋਲੀਦਾ ਯਾਰ ਅਸੀਂ ਹਰ ਜਗ੍ਹਾ ਤੇ ਸਟੇਟ ਲਈ ਆਪਣੇ ਬੰਦਿਆਂ ਨੂੰ ਐ ਲੱਗੀ ਜਾਂਦਾ ਰਹਿੰਦਾ ਆ ਕਿ ਤੂੰ ਇਹਦੇ ਬੰਦੇ ਆ ਤੂੰ ਇਹਦੇ ਬੰਦੇ ਤੈਨੂੰ ਇਹਨੇ ਖਰੀਦ ਲਿਆ ਜੇ ਮੈਂ ਯਾਰ ਮੈਂ ਪਿੱਛੇ ਜੇ ਪਤਾ ਨਹੀਂ ਕੀ ਪੋਸਟ ਪਾਤੀ ਨਾ ਮੈਂ ਕਹੇ ਉਹਦੇ ਵੱਲੋਂ ਭਾਈ ਨਾ ਮੈਂ ਕਹੇ ਦਾ ਪ੍ਰਚਾਰ ਕੀਤਾ ਲੈ ਤੂੰ ਤਾਂ ਕਾਲੀ ਦਾਲੀ ਬੈਗ ਗਿਆ ਓਏ ਭੈਣ ਚੋਦਾ ਮੈਂ ਕੀਤਾ ਕੀ ਜਿਹੜਾ ਕਾਲੀ ਦਾਲੀ ਬੈਗ ਗਿਆ ਹੱਦ ਹੋ ਗਈ ਮੈਂ ਕੀਤਾ ਵੀ ਕੋਈ ਨਹੀਂ ਹਾਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਧੀ ਚੱਲਦੀ ਆ ਰਹੀ ਹਾਂ ਤਾਂ ਯਾਰ ਨਹੀਂ ਯਾਰ ਨੋ ਕਮੈਂਟ ਹਾਂ ਸੇ ਤੁਹਾਨੂੰ ਪਤਾ ਲੱਗ ਗਿਆ ਖੁੱਲ ਕੇ ਖੁੱਲ ਕੇ ਖੁੱਲ ਕੇ ਖੁੱਲ ਕੇ ਹਾਂ ਚਲੋ ਠੀਕ ਹੈ ਪਹਿਲਾ ਪੋਡਕਾਸਟ ਸੀ ਆਰਵੀ ਦਾ ਵੀ ਪਹਿਲਾ ਪੋਡਕਾਸਟ ਸੀ ਅੱਜਕੱਲ੍ਹ ਅੱਜਕੱਲ੍ਹ ਪਤਾ ਕੀ ਕਰਦੇ ਵੀਰੇ ਅੱਜਕੱਲ੍ਹ ਆਪਣ ਪਹਿਲੋ ਹੁੰਦਾ ਈ ਬੋਲਣ ਦਾ ਅਧਿਕਾਰ ਸਹੀ ਸਹੀ ਗੱਲ ਦੱਸਦਾ ਅੱਜਕੱਲ੍ਹ ਬੋਲਣ ਦਾ ਅਧਿਕਾਰ ਵੀ ਚਲ ਗਿਆ ਚਲ ਗਿਆ ਚਲ ਗਿਆ ਸਾਵੇਂ ਦੇ ਆ ਬੋਲਣ ਦਾ ਅਧਿਕਾਰ ਚਲ ਗਿਆ ਮੈਂ ਬੋਲੂਗਾ ਨਾ ਮੇਰੇ ਏਰੀਏ ਜਿਹੜੇ 5 4 ਜਿਹੜੇ ਪੁਲਿਸ ਵਾਲੇ ਮੈਨੂੰ ਲੱਗਦੇ ਆ ਨਾ ਇਹਨਾਂ ਨੇ ਮੈਨੂੰ ਚੱਕ ਕੇ ਨਾਉਣਾ ਹਾਂ ਆਣਾ ਆਣਾ ਤੇ ਨਾਲੇ ਇਹਨਾਂ ਨੇ ਮੇਰੇ ਤੋਂ ਬਦਲੇ ਲੈ ਜਾਣੇ ਵੀ ਬੋਲਿਆ ਹੀ ਪਿੱਛੇ ਹੂੰ ਇਸ ਕਰਕੇ ਬੋਲਣ ਦਾ ਅਧਿਕਾਰ ਲੈ ਆ ਨਹੀਂਗਾ ਨਹੀਂ ਹੈਗਾ ਵਾਕੇ ਨਹੀਂ ਥੋੜਾ ਜਿਹਾ ਮਾੜਾ ਕ ਆ ਲਾਂ ਦੋ ਹਾਂਜੀ ਨਾ ਨਾ ਕੋਈ ਨਹੀਂ ਪੰਜਾਬ ਚ ਆਈ ਕੋਈ ਚੱਲ ਰਿਹਾ ਆਰਵੀ ਨੇ ਵੇਹ ਲੋ ਕਦੀ ਨਹੀਂ ਕਿਸੇ ਨਾਲ ਇੰਟਰਵਿਊ ਕੀਤੀ ਮੈਂ ਬੜਾ ਸ਼ੁਕਰਗੁਜ਼ਾਰ ਆ ਕਿ ਆਰਵੀ ਨੇ ਸਾਨੂੰ ਮੌਕਾ ਦਿੱਤਾ ਇਹਨੇ ਜੋ ਕਿ ਸਮਝਿਆ ਇੰਟਰਵਿਊ ਸਾਨੂੰ ਕੋਲ ਦਿੱਤਾ ਕਿਹੜੀ ਗੱਲ ਆ ਹੱਲੇ ਆਪਾਂ ਖੁੱਲ ਕੇ ਗੱਲ ਨਹੀਂ ਕੀਤੀ ਬਿਲਕੁਲ ਬਿਲਕੁਲ ਖੁੱਲ ਕੇ ਨਹੀਂ ਗੱਲ ਕੀਤੀ ਜਿੰਦ ਤੱਕ ਤੇ ਮੈਂ ਵੀ ਘਬਰਾ ਘਬਰਾ ਕੇ ਸਵਾਲ ਪੁੱਛੇ ਨੇ ਕਿਹੜਾ ਸਵਾਲ ਸਹੀ ਰਹੇਗਾ ਜੇ ਤੂੰ ਇਹ ਖੁੱਲ ਕੇ ਬੰਦੇ ਨਾਲ ਗੱਲ ਕਰਦੇ ਨਾ ਫਿਰ ਉਹ ਕੋਈ ਮਸਲਾ ਨਹੀਂ ਆ ਹਾਂ ਤੁਸੀਂ ਵੀ ਮੈਂ ਦੇਖਿਆ ਮੇਰੇ ਭਰਾ ਨੇ ਵੀ ਨਾ ਪੂਰਾ ਖੁੱਲ ਕੇ ਸਵਾਲ ਨਹੀਂ ਪੁੱਛੇ ਨਹੀਂ ਤਾਂ ਉਹ ਤੋਂ ਪੁੱਛਣ ਨੂੰ ਬਹੁਤ ਹੌਸਲੀ ਉਹਨੂੰ ਵੀ ਲੱਗਾ ਕਿ ਆਰਬੀ ਨੂੰ ਸਹੀ ਲੱਗੇ ਕਿ ਹਾਂ ਵੀ ਪਹਿਲੀ ਯਾਰ ਇੰਟਰਵਿਊ ਪਰ ਮੈਂ ਉਹ ਜ਼ਰ ਅਗਲੀ ਯਾਰ ਆਪਾਂ ਪੂਰਾ ਪੜਾਅ ਕੱਢ ਲਾਂਗੇ ਹਾਂ ਹਾਂ ਜ਼ਰੂਰ ਜ਼ਰੂਰ ਕੋਈ ਨਾ ਤੇ ਯਾਰ ਬਾਕੀ ਦੇਖੋ ਜਿਹੜਾ ਨਸ਼ਾ ਆ ਨਾ ਵੀਰੇ ਉਹ ਦਿਮਾਗ ਦੀ ਖੇਡ ਆ ਸਾਰੀ ਦੁਨੀਆ ਨਾ ਕਹਿੰਦੀ ਰਵੇ ਕਿ ਤੂੰ ਹੀ ਨਸ਼ਾ ਛੱਡਦਾ ਤੂੰ ਹੀ ਨਸ਼ਾ ਛੱਡਦਾ ਤੂੰ ਹੀ ਨਸ਼ਾ ਨਹੀਂ ਛੱਡ ਸਕਦੇ ਜਦ ਤੀ ਤੁਹਾਡਾ ਆਪਣਾ ਮਨ ਨਹੀਂ ਮੰਨਦਾ ਜਿੱਦੇ ਤੁਹਾਡਾ ਮਨ ਮੰਨਿਆ ਉਹ ਦਿਨ ਤੁਸੀਂ ਛੱਡਣ ਤੇ ਲਾਇਕ ਆਪਾਂ ਤੁਹਾਨੂੰ ਭੇਚੋ ਸੱਤ ਵਾਰ ਦੁਨੀਆ ਸੈਂਟਰ ਜਿਹਾ ਸਟਿਆਵੇ ਉਹੀ ਨਾ ਜਾਣੀ ਜੇ ਨਹੀਂ ਛੱਡਣਾ ਤਾਂ ਇਹ ਆ ਕੇ ਦਵਾਰੋਂ ਲੱਗਣਾ ਕਹਿਣਾ ਇਹਨਾਂ ਨੇ ਕਹਿਣਾ ਅੱਛਾ ਮੈਨੂੰ ਸੈਂਟਰ ਛੱਡ ਕੇ ਆਇਆ ਸੀ ਹੁਣ ਤਾਂ ਮੈਂ ਜ਼ਿਆਦਾ ਲਾਉਣਾ ਸਾਲੇ ਖੁੰਦਕ ਵਿੱਚ ਜ਼ਿਆਦਾ ਲਾਉਂਦੇ ਆ ਹਾਂ ਹਾਂ ਬਿਲਕੁਲ ਬਿਲਕੁਲ ਇਹ ਬੰਦੇ ਮੈਂ ਦੇਖੇ ਖੁੰਦਕ ਜ਼ਿਆਦਾ ਲਾਉਂਦੇ ਨਸ਼ਾ ਛੱਡਣਾ ਹਾਂ ਬੰਦਾ ਨਾ ਕਬਰ ਆ ਜਾਂਦਾ ਕਬਰ ਆਉ ਨਾ ਸਿਰਫ 72 ਘੰਟੇ ਦੀ ਗੇਮ ਹੁੰਦੀ ਸਿਰਫ ਪਹਿਲੇ 3 ਦਿਨ ਦੀ ਗੇਮ ਸਹੀ ਗੱਲ ਐ ਵੀਰੇ 72 ਘੰਟੇ ਦੀ ਗੇਮ ਐ ਇਹ ਮੈਂ ਇਹ ਕਹਿਣਾ ਚਾਹਣਾ ਕਿ ਹਸਪੀਟਲ ਐਡਮਿਟ ਹੋਵੋ ਤਿੰਨਕ ਦਿਨਾਂ ਲਈ ਬਿਹੋਸ਼ ਰਹੋ ਜੇ ਦੈਲ ਬਣਿਆ ਆ ਤਿੰਨਕ ਦਿਨਾਂ ਲਈ ਚੌਥੇ ਦਿਨ ਤੋਂ ਹੀ ਐ ਇਦਾਂ ਦੇ ਉੱਟੋਂਗੇ ਨਾ ਫੁੱਲਾਂ ਵਾਂਗ ਥੋੜੀ ਜੀ ਗੋਲੀ ਤੇ ਲੱਗਣੀ ਤੁਹਾਨੂੰ ਤੇ ਮੈਂ ਕਿਹਾ ਫੁੱਲਾਂ ਵਾਂਗ ਉੱਟੂਗੇ ਅੱਜ ਕੱਲ੍ਹ ਸੇਤ ਸੇਤ ਬੜੀ ਪੈਟ ਕੀਤੀ ਹੋਈ ਐ ਮਨਿੰਦਰ ਭਾ ਕਿੱਥੇ ਯਾਰ ਮੇਰੇ ਤੇ ਗੋਗੜ ਸਗੂ ਨਿਕਲੀ ਜਾਂਂਦੀ ਵੀ ਬੜੀ ਮੈਂ ਕਿਹਾ ਕਿ ਮੈਨੂੰ ਕੋਈ ਫਿਲਮ ਦਾ ਆਫਰ ਆ ਗਿਆ ਮੈਂ ਕਿਹਨ ਲੱਗਾਂਗਾ ਚੱਲਾ ਜਾ ਲੱਗਾਂਗਾ ਸੱਚੀ ਗੱਲ ਨਹੀਂ ਨਹੀਂ ਬਹੁਤ ਫੈਟਿਆ ਅੱਛਾ ਤੂੰ ਤੂੰ ਜਿਮ ਜੁਆਇਨ ਕੀਤੀ ਕਿ ਨਹੀਂ ਫਰੋਂਦਾ ਚੱਕ ਦੇ ਕੰਮ ਬਰੇ ਮੈਂ ਜਿਮ ਕਰਦਾ ਤਾਂ ਪਰ ਗਾਲ ਪਤਾ ਕੀ ਚੱਕ ਰਿਆ ਮੈਂ ਨਾ ਜਿੱਦਾਂ ਭਰਾ ਮੇਲ ਲਾਉਂਦੇ ਜਿੱਦਾਂ ਲਾ ਲੋ ਉਹਨਾਂ ਨੇ ਨਾ ਦੇਖੋ ਉਹਨਾਂ ਨੇ ਆਪਣੇ ਹਿਸਾਬ ਨਾਲ ਬਹਿਣਾ ਕਿਸੇ ਨੇ ਮੇਰੇ ਤੋਂ ਬਹਿਣਾ ਢਾਈ ਘੰਟੇ ਮਰ ਜਿਹੜੇ ਮੇਲ ਲਾਉਂਦੇ ਨਾ ਉਹ ਇਹ ਨਹੀਂਗਾ ਕਿ 55 ਮਿੰਟ ਜੁਟ ਕੇ ਜਾਂਦੇ ਮੈਨੂੰ ਮੇਲ ਨਾਲੇ ਉਹਨਾਂ ਨੇ 2 ਘੰਟੇ ਢਾਈ ਘੰਟੇ ਬਹਿਣਾ ਠੀਕ ਆ ਉਦੋਂ ਬਾਅਦ ਵੀ ਮੈਂ ਹੌਲੀ ਹੌਲੀ ਬਹਾਨਾ ਲਾਉਣ ਕਿ ਬਾਈ ਮੈਂ ਜਾਣਾ ਆ 2.5 ਘੰਟੇ ਬਾਅਦ ਵੀ ਉਹਨਾਂ ਦਾ ਮਨ ਨਹੀਂ ਭਰਦਾ ਫਿਰ ਖੋਜੋ ਕੇ ਜਾਂਦੇ ਆ ਤੇ ਫਿਰ ਉਹਦੇ ਕਰਕੇ ਜੇ ਜਿਮ ਦੇ ਟਾਈਮ ਆ ਜਾਂਦੇ ਆ ਨਹੀਂ ਜਿਮ ਦਾ ਬਜਰੂ ਕਰ ਦੇਣੀ ਆ ਕਾਤੀ ਆ ਥੋੜਾ ਬੋਧਾ ਥੱਲੇ ਆ ਰਿਹਾ ਆ ਮੈਂ ਤਾਂ ਹੀ ਉਹ ਅੱਜ ਕੱਲ ਆਪਣੇ ਬਲੌਗਾਂ 'ਚ ਚਿਹਰਾ ਨਹੀਂ ਦਿਖਾ ਰਿਹਾ ਐਤੋਂ ਤੱਕ ਦਿਖਾ ਰਿਹਾ ਕਿ ਮੈਂ ਕਿ ਨਿਊ ਲੁੱਕ ਲੈ ਕੇ ਆਵਾਂਗੇ ਕੋਈ ਨਾ ਹੌਲੀ ਹੌਲੀ ਘਟਾ ਲਾਂਗੇ ਨਹੀਂ ਸਹੀ ਏ ਅੱਜ ਕੱਲ ਮੈਂ ਤੈਨੂੰ ਪਹਿਲਾਂ ਨਹੀਂ ਸੀ ਮੈਂ ਸੰਡਿਆ ਜਿਹੜਾ 75 ਦਿਨ ਦਾ ਚੈਲੰਜ ਆਇਆ ਉਹ ਚ ਬੰਦਾ ਬੜੀ ਜਲਦੀ ਪਤਲਾ ਹੁੰਦਾ ਕਹਿੰਦੇ ਬਾ ਉਹ ਵੀਰੇ ਮੈਂ ਕਿਹਾ ਉਹ ਕਰਾਂਗੇ ਉਹ ਉਹ ਜਿਆਦਾ ਹੋ ਜਾਂਦਾ ਨਾ ਆ ਉਹ ਚ ਬੜੀ ਮਿਹਨਤ ਲੱਗਦੀ ਹੈ ਇਹ ਹੋਰ ਜਦਾ ਬਹੁਤ ਜਿਆਦਾ ਪਰ ਆਪਾਂ ਥੋੜਾ ਜਿਹਾ ਔਲੀ 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 ਕਰਕੇ ਬੰਦਾ ਕੋਈ ਕਰਦੇ ਆ ਨਾ ਸੈਟਿੰਗ ਆਹੋ ਨਾ ਤੇ ਠੀਕ ਹੈ ਆ ਰਹੀ ਫਿਰ ਆਪਾਂ ਮਿਲਦੇ ਹਾਂ ਅਗਲੇ ਪੋਡਕਾਸਟ ਚ ਹੈ ਪੱਕਾ ਪੱਕਾ ਸਹੀ ਬਣ ਗਿਆ ਕੋਈ ਮਾੜਾ ਤਾਂ ਨਹੀਂ ਬਣ ਗਿਆ ਬਹੁਤ ਸੋਹਣਾ ਬਹੁਤ ਸੋਹਣਾ ਮੈਂ ਮੈਨ ਲੱਗਾ ਕਿ ਖੁੱਲ ਕੇ ਗੱਲਾਂ ਨਹੀਂ ਹੋਈਆਂ ਖੁੱਲ ਕੇ ਗੱਲਾਂ ਆਈਆਂ ਮਮਾ ਹੋਰ ਕਿੱਦਾਂ ਖੁੱਲਣਾ ਵੇ ਲੱਤਾ ਖੋਲ ਲਈਦਾ ਸੁਨਾਹ ਆ ਵੀ ਨਹੀਂ ਲੱਤਾ ਤਾਂ ਨਹੀਂ ਚੱਲ ਪੱਕਾ ਪੱਕਾ ਨਾ ਮੈਂਗਾ ਮੈਂ ਤੇ ਤੂੰ ਕਦਾ ਪੜਦਾ ਨਾ ਖੁੱਲ ਗਏ ਮੈਂ ਤੇ ਤੂੰ ਕਦਾ ਨਹੀਂ ਦੁਬਾਰਾ ਕਰ ਲਈਏ ਨਹੀਂ ਨਹੀਂ ਵਧੀਆ ਹੈ ਵਧੀਆ ਹੈ ਆ ਕੋਈ ਨਾ ਕੋਈ ਨਾ ਬਾ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਨਹੀਂ ਪਾਗਲਾ ਵੀ ਕਰਾਂਗੇ ਅਗਲਾ ਮੁੱਦਿਆਂ ਦੇ ਬੋਲਾਂਗੇ ਅਸੀਂ ਤੇ ਪਹਿਲਾ ਵੀ ਚਾਕਾ ਮੈਂ ਕਿਹਾ ਚਲੋ ਹਨਾ ਕਿਉਂਕਿ ਆਰ ਵੀ ਵੀ ਨਹੀਂ ਕਦੀ ਆਇਆ ਨਾ ਨਾ ਇੰਟਰਵਿਊ ਚ ਆਇਆ ਨਾ ਪੋਡਕਾਸਟ ਚ ਆਇਆ ਉਸ ਕਰਕੇ ਲੱਗਾ ਇੱਕ ਦੂਜੇ ਨਾਲ ਉਹ ਹੋ ਜਾਂਦਾ ਹੁਣ ਤਾਂ ਫਿਰ ਜੁੜੇ ਜੁੜੇ ਤਾਂ ਬਹੁਤ ਚਿਰਦੇ ਆ ਪਰ ਆ ਪੋਡਕਾਸਟਰਾਂ ਹੀ ਆ ਜੁੜੇ ਕੋਈ ਨਾ ਅਗਲੀ ਵਾਰ ਜ਼ਿਆਦਾ ਘੰਟ ਲਿਆਵਾਂਗੇ ਹਾਂ ਬਿਲਕੁਲ ਬਿਲਕੁਲ ਇੱਕਦਾਂ ਨਾਲ ਮੈਂ ਹੋਰ ਬੰਦਾ ਇਦਾਂ ਦਾ ਲੈ ਕੇ ਆਉਂਗਾ ਜਿਹੜਾ ਤੁਹਾਡੇ ਪੋਡਕਾਸਟ ਨੂੰ ਚਾਰ ਚੰਦ ਲਾਊਗਾ ਬਸ ਸਹੀ ਏ ਗੁੱਡ ਹੋ ਗਿਆ ਵੈਰਾਈਟੀ ਵਧੀਆ ਲੱਭ ਕੇ ਲਿਆਉਂਗਾ ਮੈਂ ਕਹਿੰਦਾ ਡੀਲ ਡਨ ਹਾਂ ਜਿਹੜੇ ਕਾਰ ਸਹੀ ਜੀ ਸਾਰਿਆਂ ਨੂੰ ਪਿਆਰ ਪਰਿਸ਼ਾ ਸ਼੍ਰੀ ਅਕਾਲ ਸਤਿ ਸ਼੍ਰੀ ਗੱਲ ਪੰਜਾਬੀਓ ਜੀ ਓਕੇ